ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਆਪ ਸਭ ਬਾਖੂਬੀ ਜਾਣਦੇ ਹੋ ਕਿ ਸ਼ਹੀਦੀ ਜੋੜ ਮੇਲ ਦੌਰਾਨ ਸਫਰੇ ਸ਼ਹਾਦਤ ਪ੍ਰੋਗਰਾਮ ਵਿੱਚ ਜਿੱਥੇ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਹਰ ਸਾਲ ਹਾਜ਼ਰੀ ਭਰਦੇ ਸਨ, ਅਤੇ ਇਸ ਵਾਰ ਉੱਥੇ ਕੀ ਵਾਪਰਿਆ? ਉਹਨਾਂ ਨੇ ਸਰੇਆਮ ਸੰਗਤ ਦੇ ਵਿੱਚ ਇਹ ਐਲਾਨ ਕਰ ਦਿੱਤਾ ਕਿ ਇਹ ਉਹਨਾਂ ਦੀ ਅੰਤਿਮ ਹਾਜ਼ਰੀ ਹੋਵੇਗੀ, ਕਿਉਂਕਿ ਜਦੋਂ ਦਾ ਅਮੀਰੀ ਅਤੇ ਪੀਰੀ ਦਾ ਸਿਧਾਂਤ ਇਹਨਾਂ ਘਟੀਆ ਸਿਆਸਤਦਾਨਾਂ ਦੇ ਚੱਲਦਿਆਂ ਪੁੱਠਾ ਕੀਤਾ ਗਿਆ ਹੈ, ਪੁੱਠਾ ਹੋਇਆ ਹੈ। ਉਦੋਂ ਤੋਂ ਬਹੁਤ ਸਾਰੇ ਅਜਿਹੇ ਚੰਗੇ ਪ੍ਰਚਾਰਕ ਨੇ, ਬਹੁਤ ਸਾਰੇ ਅਜਿਹੇ ਚੰਗੇ ਮੋਢੀ ਨੇ ਕੌਮ ਦੇ, ਜੋ ਆਪ ਪੁੱਠੇ ਪੈਰੀ ਪਿੱਛੇ ਹੋ ਗਏ ਨੇ, ਕਿਉਂਕਿ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਜੇਕਰ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਵੀ ਤਾਂ ਕਿਤੇ ਨਾ ਕਿਤੇ ਸੰਗਤ ਉਹਨਾਂ ਦਾ ਸਾਥ ਨਹੀਂ ਦੇਵੇਗੀ, ਅਤੇ ਜੇਕਰ ਸੰਗਤ ਵੱਧ ਚੜ੍ਹ ਕੇ ਉਹਨਾਂ ਦਾ ਸਾਥ ਦਿੰਦੀ ਵੀ ਹੈ ਤਾਂ ਅੰਤਤਾ ਜਾ ਕੇ ਉਹ ਮੋਢੀ ਆਪ ਹੀ ਪੈਰ ਪਿੱਛੇ ਕਰ ਲੈਂਦੇ ਨੇ। ਹਾਲ ਹੀ ਦੇ ਵਿੱਚ ਬਰਗਾੜੀ ਇਨਸਾਫ ਮੋਰਚੇ ਦੇ ਵਿੱਚ ਜੋ ਕੁਛ ਹੋਇਆ ਤੁਸੀਂ ਉਸ ਤੋਂ ਵੀ ਬਾਖੂਬੀ ਰੂਬਰੂ ਹੋ, ਜਾਣੂ ਹੋ। ਪਰ ਆਓ, ਇਸ ਸਫਰੇ ਸ਼ਹਾਦਤ ਪ੍ਰੋਗਰਾਮ ਦੇ ਵਿੱਚ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਸਿੱਖ ਸੰਗਤ ਨੂੰ ਕਿੱਦਾਂ ਨਿਹਾਲ ਕੀਤਾ ਗੁਰੂ ਦੀ ਬਾਣੀ ਦੇ ਨਾਲ ਅਤੇ ਆਪਣੀਆਂ ਲਿਖੀਆਂ ਹੋਈਆਂ ਕਵਿਤਾਵਾਂ ਦੇ ਨਾਲ, ਇੱਕ ਨਜ਼ਰ ਉਸ 'ਤੇ ਜ਼ਰੂਰ ਮਾਰਨੀ ਬਣਦੀ ਹੈ ਕਿ ਇਸ ਵਾਰ ਉਹਨਾਂ ਦੀ ਹਾਜ਼ਰੀ ਦੌਰਾਨ ਕੀ ਸੇਵਾ ਉੱਥੇ ਨਿਭਾਈ। ਪ੍ਰਭੂ ਦੇ ਪਿਆਰ ਵਿੱਚ, ਪ੍ਰਭੂ ਦੇ ਪਿਆਰਿਆਂ ਦੇ ਪਿਆਰ ਵਿੱਚ ਬਰਾਗੀ ਹੋ ਜਾਣਾ ਕੋਈ ਮਾੜੀ ਗੱਲ ਨਹੀਂ। ਆਪ ਜੀ ਨੂੰ ਮੇਰੇ ਅਤੀ ਸਤਿਕਾਰਯੋਗ ਬਹੁਤ ਹੀ ਪਿਆਰੇ ਗੁਰਸਿੱਖ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਨੇ ਕਈ ਵਾਰੀ ਇਹਨਾਂ ਪੰਕਤੀਆਂ ਦੇ ਅਰਥ ਕਰਕੇ ਦੱਸੇ ਨੇ, ਔਰ ਮੈਂ ਇਹਨਾਂ ਦਾ ਹਰ ਵਕਤ ਇਸ ਗੱਲੋਂ ਧੰਨਵਾਦੀ ਹਾਂ ਕਿ ਇਹ ਮੈਨੂੰ ਸਫਰ ਸ਼ਹਾਦਤ ਦੇ ਨਾਲ ਲੈ ਕੇ ਚੱਲੇ ਨੇ, ਔਰ ਮੇਰੇ ਅੰਦਰੋਂ ਵੀ ਗੁਰੂ ਲਈ ਪਿਆਰ ਜਾਗਿਆ ਹੈ। ਬਹੁਤ ਹੀ ਧੰਨਵਾਦੀ ਹਾਂ ਸਿੰਘ ਸਾਹਿਬ ਜੀ ਦਾ। ਲਾਲਾ ਨਾਲ ਸਾਡੀ ਤੁਹਾਡੀ ਸਾਰਿਆਂ ਦੀ ਬੜੀ ਨੇੜਤਾ ਹੋ ਗਈ, ਕਿਉਂਕਿ ਇਹਨਾਂ ਦੀਆਂ ਅਸੀਂ ਲਾਲਾ ਦੀਆਂ ਗੱਲਾਂ ਬੜੀਆਂ ਪਿਆਰੀਆਂ ਕੀਤੀਆਂ ਨੇ, ਜੋ ਸਤਿਗੁਰ ਨੇ ਰਚਨਾਵਾਂ ਮੈਨੂੰ ਦਿੱਤੀਆਂ, ਮੈਂ ਆਪ ਜੀ ਨੂੰ ਸੁਣਾਈਆਂ ਨੇ, ਤਾਂ ਬੜਾ ਮੋਹ ਹੋ ਗਿਆ ਸਾਹਿਬਜ਼ਾਦਿਆਂ ਨਾਲ, ਬਹੁਤ ਬੜੀ ਨੇੜਤਾ ਹੋ ਗਈ। ਹਰ ਵਕਤ ਉਹਨਾਂ ਦਾ ਧਿਆਨ, ਉਹਨਾਂ ਦੀਆਂ ਗੱਲਾਂ, ਜਿਵੇਂ ਸਿੰਘ ਸਾਹਿਬ ਜੀ ਦੱਸਦੇ ਸਨ ਕਿ ਅਸੀਂ ਇੰਗਲੈਂਡ ਰਹੇ, ਅਸੀਂ ਸਾਹਿਬਜ਼ਾਦਿਆਂ ਦੀਆਂ ਗੱਲਾਂ ਕਰੀ ਜਾਂਦੇ ਹਾਂ, ਤਾਂ ਕਈ ਵਾਰੀ ਤਾਂ ਸੁਪਨੇ 'ਚ ਵੀ, ਅੱਜ ਮੈਨੂੰ ਦਿਨੇ ਵੀ ਅਸੀਂ ਸੁੱਤਾ ਸੀ, ਸੁਪਨੇ ਵਿੱਚ ਮੈਂ ਸਿੰਘ ਸਾਹਿਬ ਬੈਠੇ ਨੇ, ਗਿਆਨੀ ਪਿੰਦਰਪਾਲ ਸਿੰਘ ਜੀ ਬੈਠੇ ਔਰ ਵੱਡੇ ਪਾਤਸ਼ਾਹ ਜੀ ਬੈਠੇ, ਅਸੀਂ ਚਾਰੇ ਕੀਰਤਨ ਕਰ ਰਹੇ ਇੱਕ ਸਟੇਜ 'ਤੇ ਬਹਿ ਕੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ। ਤੋ ਇਹ ਤੁਹਾਡੀਆਂ ਅਸੀਸਾਂ ਨੇ, ਸਿੰਘ ਸਾਹਿਬ ਜੀ ਦਾ ਪਿਆਰ ਹੈ। ਤੋ ਮੈਂ, ਕਿਉਂਕਿ ਸਮਾਂ ਮੇਰੇ ਕੋਲ ਘੱਟ ਹੈ, ਦੋ ਤਿੰਨ ਰਚਨਾਵਾਂ ਤੁਹਾਨੂੰ ਉਹ ਸੁਣਾਉਣੀਆਂ ਚਾਹੁੰਦਾ ਜੋ ਤੁਸੀਂ ਸੁਣੀਆਂ ਨਹੀਂ, ਜੋ ਤੁਸੀਂ ਪਿਛਲੇ 4 ਸਾਲ ਤੋਂ ਸੁਣ ਲਈਆਂ ਉਹ ਤਾਂ ਸੁਣ ਲਈਆਂ, ਫਿਰ ਵੀ ਸੁਣ ਲਓਗੇ, ਬੇਸ਼ੱਕ ਮੈਨੂੰ ਹੁਕਮ ਸੀ ਕਿ ਮੈਂ ਉਹ ਵੀ ਸੁਣਾਵਾਂ, ਪਰ ਸਮਾਂ ਨਹੀਂ ਹੈ। ਸੋ ਇਹ ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ, ਕੀ ਕਰਾਂ, ਬਦੋ ਬਦੋ ਦਿਲ ਰੋਣ ਲੱਗ ਜਾਂਦਾ। ਇਹ ਸਾਹਿਬਜ਼ਾਦੇ ਯਾਦ ਆਉਂਦੇ ਨੇ, ਆਪ ਜੀ ਨੇ ਕਿਰਪਾ ਕਰਨੀ, ਹੌਸਲਾ ਬਖਸ਼ਣਾ, ਮੈਂ ਗਾ ਸਕਦਾ।
ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ, ਇਹ ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਇਹ ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ, ਇਹ ਦੀਵਾਰਾਂ ਦੇਖ ਕੇ ਕੁਛ ਹੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ। ਚੋਣ ਲੱਗ ਜਾਂਦਾ, ਮੈਂ ਬਥੇਰਾ ਰੋਕਦਾ ਪਰ ਚੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ। ਲਾਲਾ ਦਾ ਬਲੀਦਾਨ ਦਿਲ ਨੂੰ ਛੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ। ਮਾਨ ਸਾਹਿਬ ਜ਼ਾਦਿਆਂ ਤੇ ਹੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ ਦਿਲ ਰੋਣ ਲੱਗ ਜਾਂਦਾ, ਕੀ ਕਰਾਂ ਬਦੋ ਬਦੀ।
ਮੈਨੂੰ ਤਾਂ ਕੁਦਰਤ ਤੇ ਵੀ ਸ਼ੱਕ ਹੋਣ ਲੱਗ ਜਾਂਦਾ ਮੈਨੂੰ ਤਾਂ ਕੁਦਰਤ ਤੇ ਵੀ ਸ਼ੱਕ ਹੋਣ ਲੱਗ ਜਾਂਦਾ ਕੀ ਕਰਾਂ ਬਦੋ ਬਦੀ ਦਿਲ ਹੋਣ ਲੱਗ ਜਾਂਦਾ ਕੀ ਕਰਾਂ ਬਦੋ ਬਦੀ ਦਿਲ ਜੀ ਰਹੇ ਹਾਂ ਜਿਸ ਗੁਰੂ ਦੀ ਆਸ ਤੇ ਜੀ ਰਹੇ ਹਾਂ ਜਿਸ ਗੁਰੂ ਦੀ ਆਸ ਤੇ ਕੀ ਨਹੀਂ ਕੀਤਾ ਉਸਨੇ ਸਾਡੇ ਹਾਸ ਤੇ ਜੇ ਦੋ ਹੰਝੂ ਮੈਂ ਚੋਣ ਲੱਗ ਜਾਂਦਾ ਕੀ ਹੋਇਆ ਜੇ ਦੋ ਹੰਝੂ ਮੈਂ ਚੋਣ ਲੱਗ ਜਾਂਦਾ ਕੀ ਕਰਾਂ ਦੋ ਬਦੀ ਦਿਲ ਰੋਣ ਲੱਗ ਜਾਂਦਾ ਕੀ ਕਰਾਂ ਦੋ ਬਦੀ ਦਿਲ ਰੋਣ ਲੱਗ ਜਾਂਦਾ ਕੁਝ ਹੋਣ ਲੱਗ ਜਾਂਦਾ ਹੇ ਦੀਵਾਰਾਂ ਤੇ ਕੁਝ ਹੋਣ ਲੱਗ ਜਾਂਦਾ ਕੀ ਕਰਾਂ ਦੋ ਬਦੀ ਦਿਲ ਰੋਣ ਲੱਗ ਜਾਂਦਾ ਕੀ ਕਰਾਂ ਦੋ ਬਦੀ ਦਿਲ ਰੋਣ ਲੱਗ ਜਾਂਦਾ ਕੀ ਕਰਾਂ ਆਖਰੀ ਰਾਤ ਸਾਹਿਬਜ਼ਾਦਿਆਂ ਦੀ ਆਖਰੀ ਰਾਤ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਦੇ ਕੋਲ ਬੈਠੇ ਨੇ ਅੱਜ ਆਖਰੀ ਰਾਤ ਹੈ ਔਰ ਦਾਦੀ ਮਾਂ ਨੂੰ ਨੀਂਦ ਨਹੀਂ ਆਉਂਦੀ ਸਾਹਿਬਜ਼ਾਦੇ ਵੀ ਜਾਗਦੇ ਨੇ ਦਾਦੀ ਮਾਂ ਨੂੰ ਵੀ ਨੀਂਦ ਨਹੀਂ ਆਉਂਦੀ ਇਸ ਕਰਕੇ ਨੀਂਦ ਨਹੀਂ ਆਉਂਦੀ ਕਿ ਮੇਰੇ ਪੋਤਰੇ ਕੱਲ੍ਹ ਨੂੰ ਨਹੀਂ ਰਹਿਣੇ
ਅੱਜ ਦਾਦੀ ਮਾਂ ਜੀ ਆਪਣੇ ਪੋਤਰਿਆਂ ਨੂੰ ਪੱਕਾ ਕਰ ਰਹੇ ਨੇ, ਅੱਜ ਜਾਗ ਜਾਗ ਕੇ ਉਹਨਾਂ ਨੂੰ ਲੋਹੜੀਆਂ ਦੀ ਥਾਂ ਪੱਕੇ ਕਰ ਰਹੇ ਨੇ। ਮੈਂ ਆਖਰੀ ਰਾਤ ਦੀ ਗੱਲ ਆਪਣੇ ਸੰਗੀਤ ਵਿੱਚ ਕਰਨ ਲੱਗਾ। ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨੀਂਦਰ ਆਵੇ, ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ। ਕੀ ਸਮਝਾਵੇ? ਸਿਰ ਜਾਵੇ ਤਾਂ ਜਾਵੇ, ਪਰ ਸਿੱਖੀ ਸਦਕ ਨਾ ਜਾਵੇ। ਇਹ ਮਾਂ ਨੇ ਲਾਲਾ ਨੂੰ ਸਮਝਾਇਆ, ਤੇ ਜੇ ਅਸੀਂ ਗੁਰੂ ਦੇ ਲਾਲ ਹਾਂ ਤੇ ਸਾਨੂੰ ਵੀ ਸਮਝਾਇਆ। ਤੇ ਮੈਂ ਬੇਨਤੀ ਕਰਾਂਗਾ, ਜਦ ਮੈਂ ਸਿਰ ਜਾਵੇ ਤਾਂ ਜਾਵੇ ਬੋਲਣਾ, ਤੁਸੀਂ ਸਾਰਿਆਂ ਨੇ ਮੇਰੇ ਨਾਲ ਉੱਨੀ ਉੱਚੀ ਆਵਾਜ਼ 'ਚ ਬੋਲਣਾ ਜਿਵੇਂ ਮੈਂ ਬੋਲਾਂ। ਤੇ ਜਿੰਨੇ ਵੀ ਲਾਲਾਂ ਦੇ ਰੰਗ ਵਿੱਚ, ਪਿਆਰ ਵਿੱਚ, ਮਾਂ ਗੁਜਰੀ ਦੇ ਚਰਨਾਂ 'ਚ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ 'ਚ ਸੁਰਤ ਜੋੜ ਕੇ ਦੁਨੀਆਂ ਭਰ ਵਿੱਚ ਸਿੱਖ ਬੈਠੇ ਨੇ ਮੀਡੀਆ ਦੇ ਸਾਹਮਣੇ, ਉਹਨਾਂ ਨੂੰ ਵੀ ਬੇਨਤੀ ਉਹ ਵੀ ਮੇਰੇ ਨਾਲ ਗਾਉਣ। ਜਿਵੇਂ ਮੈਨੂੰ ਦੱਸਿਆ ਗਿਆ ਕਿ ਵੱਡੀਆਂ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ, ਤੇ ਉਹਨਾਂ ਸਕਰੀਨਾਂ ਤੇ ਬਾਹਰ ਜਾ ਤੁਸੀਂ ਸਿਰ ਜਾਵੇ ਤਾਂ ਜਾਵੇ ਗਾਓਗੇ ਵਿਦੇਸ਼ਾਂ 'ਚ ਬੈਠੇ, ਤੇ ਗੋਰਿਆਂ ਨੂੰ ਪਤਾ ਲੱਗੇਗਾ ਕਿ ਸਿੱਖ ਆਪਣੇ ਲਾਲਾਂ ਨੂੰ ਯਾਦ ਕਰ ਰਹੇ ਨੇ। ਤਾਂ ਇਹ ਗੀਤ ਆਪ ਜੀ ਸਰਵਣ ਕਰੋ। ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨੀਂਦਰ ਆਵੇ, ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨੀਂਦਰ ਆਵੇ, ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ, ਗੁਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ, ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨੀਂਦਰ ਆਵੇ, ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨੀਂਦਰ ਆਵੇ, ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ, ਗੁਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ, ਸਿਰ ਜਾਵੇ ਤਾਂ ਜਾਵੇ, ਪਰ ਸਿੱਖੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਪਰ ਸਿੱਖੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਪਰ ਸਿੱਖੀ ਸਦਕ ਨਾ ਜਾਵੇ, ਸਿਰ ਜਿਸਦੇ ਅੰਦਰ ਸੱਚ ਨਾ ਹੁੰਦਾ, ਅਣਖ ਧਰਮ ਨਹੀਂ ਟਿਕਦੇ, ਜੋ ਨਾ ਵਿਕਿਆ ਸਤਿਗੁਰ ਅੱਗੇ, ਥਾਂ ਥਾਂ ਰਹਿੰਦੇ ਵਿਕਦੇ, ਜੋ ਨਾ ਵਿਕਿਆ ਸਤਿਗੁਰ ਅੱਗੇ, ਥਾਂ ਥਾਂ ਰਹਿੰਦੇ ਵਿਕਦੇ, ਨਾ ਚੁੱਕਣਾ ਨਾ ਵਿਕਣਾ ਕਲ, ਨਾ ਚੁੱਕਣਾ ਨਾ ਵਿਕਣਾ ਕਲ, ਸੂਬਾ ਲੱਖ ਮੁੱਲ ਪਾਵੇ, ਸਿਰ ਜਾਵੇ ਤਾਂ ਜਾਵੇ, ਪਰ
ਪਿਤਾ ਵਚਨ ਬਿਲਕੁਲ ਨਾ ਘਬਰਾਇਆ। ਵਾਹਿਗੁਰੂ 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 ਜਪੋ ਧਿਆਨ ਗੁਰੂ ਵੱਲ ਲਾਇਓ। ਵਾਹਿਗੁਰੂ 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 ਜਪੋ ਧਿਆਨ ਗੁਰੂ ਵੱਲ ਲਾਇਓ। ਚਲੋ ਚਲੋ ਚਲ ਇਕੱਠੇ ਹੋਈਏ, ਚਲੋ ਚਲੋ ਚਲ ਇਕੱਠੇ ਹੋਈਏ, ਦਾਤਾ ਆਪ ਬੁਲਾਏ। ਸਿੱਖੀ ਦਾ ਮਨ ਰੱਬ ਹੀ ਜਾਣੇ ਰੁਤਬੇ ਨਹੀਂ ਜਗੀਰਾਂ। ਉਹ ਮਰ ਜਾਂਦੇ ਜਿਉਂਦੇ ਜਗ ਤੇਰੇ ਚੰਨ ਜਿਹੜੇ ਜ਼ਮੀਰਾਂ। ਉਹ ਮਰ ਜਾਂਦੇ ਜਿਉਂਦੇ ਜਗ ਤੇਰੇ ਚੰਨ ਜਿਹੜੇ ਜ਼ਮੀਰਾਂ। ਪੋਤੇ ਹੋ ਉਸ ਦਾ ਦੇ ਦੇ, ਪੋਤੇ ਹੋ ਉਸ ਦਾ ਦੇ ਦੇ, ਜੋ ਦੂਜਿਆਂ ਦੇ ਮਿਟ ਜਾਵੇ। ਜੋ ਬੰਦਾ ਡਰ ਡਰ ਕੇ ਜੀਵੇ ਰੋਜ਼ ਰੋਜ਼ ਉਹ ਮਰਦਾ। ਜੋ ਬੰਦਾ ਡਰ ਡਰ ਕੇ ਜੀਵੇ ਰੋਜ਼ ਰੋਜ਼ ਉਹ ਮਰਦਾ। ਸੂਬੇ ਕੋ ਕੀ ਡਰਨਾ ਜੋ ਆਪ ਮੌਤ ਤੋਂ ਡਰਦਾ। ਸੂਬੇ ਕੋ ਕੀ ਡਰਨਾ ਜੋ ਆਪ ਮੌਤ ਤੋਂ ਡਰਦਾ। ਕਰਮ ਦੀ ਖਾਤਰ ਜੋ ਮਿਟ ਜਾਵੇ, ਕਰਮ ਦੀ ਖਾਤਰ ਜੋ ਮਿਟ ਜਾਵੇ, ਸਦਾ ਅਮਰ ਹੋ ਜਾਵੇ। ਨਾ ਚੁੱਕਦੇ ਜ਼ੁਲਮਾਂ ਅੱਗੇ, ਜੋ ਨਾ ਚੁੱਕਦੇ ਜ਼ੁਲਮਾਂ ਅੱਗੇ, ਦੁਨੀਆ ਪੂਜਣ ਆਵੇ। ਸਿੱਖੀ ਸਿੱਧ ਅੱਜ ਨਾ ਦੇਵੇ ਲੋੜੀਆਂ,
ਅੱਜ ਨਾ ਨੀਂਦਰ ਆਵੇ, ਅੱਜ ਨਾ ਦੇਵੇ ਲੋਰੀਆਂ, ਅੱਜ ਨਾ ਨੀਂਦਰ ਆਵੇ। ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ, ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ। ਗੁਰੂ ਅਰਜਨ ਪਾਤਸ਼ਾਹ ਜੀ, ਮੇਰੀ ਆਵਾਜ਼ ਕਰ ਦਿਓ ਜਿੰਨੀ ਹੁੰਦੀ ਤੁਹਾਡੇ ਕੋਲ, ਤੁਸੀਂ ਘਟਾਉਂਦੇ ਕਿਉਂ? ਕਰ ਦਿਓ ਜ਼ਿਆਦਾ ਘੱਟ ਕਰ ਦਿਓ, ਇੰਨੀ ਠੀਕ। ਗੁਰੂ ਅਰਜਨ ਪਾਤਸ਼ਾਹ ਜੀ ਦੇ ਪੜਪੋਤਰੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ, ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਔਰ ਗੋਦ ਦਾਦੀ ਮਾਂ ਗੁਜਰੀ ਜੀ ਦੀ ਉਸ ਵਿੱਚ ਪਲੇ ਹੋਏ ਇਹ ਅਨਮੋਲ ਰਤਨ ਉਸ ਪਰਮਾਤਮਾ ਤੋਂ ਬਖਸ਼ਾਂ ਲੈ ਕੇ ਆਏ ਹੋਏ ਔਰ ਦਾਦੀ ਦੇ ਸਿਖਾਏ ਹੋਏ ਲਾਲ ਜਦ ਸੂਬੇ ਦੀ ਕਚਹਿਰੀ ਵਿੱਚ ਪਹੁੰਚਦੇ ਨੇ, ਸੂਬਾ ਇਹਨਾਂ ਨੂੰ ਮਜਬੂਰ ਕਰਦਾ, ਕਹਿੰਦਾ ਸਿੱਖੀ ਧਰਮ ਛੱਡ ਦਿਓ, ਫਤਿਹ ਕਿਉਂ ਬੁਲਾਉਂਦੇ ਹੋ, ਅੱਲਾ ਅੱਲਾ ਕਹਿਣਾ ਸ਼ੁਰੂ ਕਰ ਦਿਓ, ਕਲਮਾ ਪੜ੍ਹਨੀਆਂ ਸ਼ੁਰੂ ਕਰ ਦਿਓ, ਖੁਦਾ ਖੁਦਾ ਕਹਿਣਾ ਸ਼ੁਰੂ ਕਰ ਦਿਓ। ਸਾਹਿਬਜ਼ਾਦੇ ਕਹਿੰਦੇ ਸਾਨੂੰ ਅੱਲਾ ਕਹਿਣ 'ਚ ਕੋਈ ਹਰਜ ਨਹੀਂ, ਜਿਸ ਨੂੰ ਅਸੀਂ ਵਾਹਿਗੁਰੂ ਆਖਦੇ ਹਾਂ ਉਹੀ ਅੱਲਾ ਹੈ, ਉਹੀ ਰਾਮ ਹੈ, ਪਰ ਸਾਡੀ ਮਰਜ਼ੀ ਤੇਰੇ ਕਹਿਣ 'ਤੇ ਕਿਉਂ ਆਖਾਂਗੇ, ਤੂੰ ਕਿਉਂ ਮਜਬੂਰ ਕਰੇ ਸਾਨੂੰ ਕਿ ਅਸੀਂ ਅੱਲਾ ਅੱਲਾ ਕਹੀਏ। ਅਸੀਂ ਆਪਣੀ ਮਰਜ਼ੀ ਨਾਲ ਉਸਨੂੰ ਅੱਲਾ ਕਹੀਏ, ਉਹਨੂੰ ਰਾਮ ਕਹੀਏ, ਸਾਨੂੰ ਸਾਰਿਆਂ 'ਚ ਨਜ਼ਰ ਆਉਂਦਾ, ਤੈਨੂੰ ਨਹੀਂ ਆਉਂਦਾ। ਤੋ ਇਹ ਗੀਤ ਆਪ ਜੀ ਸ਼ਰਵਣ ਕਰੋ, ਫਿਰ ਮੈਂ ਸਮਾਪਤੀ ਕਰ ਦਿਆਂਗਾ। ਸਾਡਾ ਅੱਲਾ ਵੀ ਹੈ ਉਹੀ, ਸਾਡਾ ਰਾਮ ਵੀ ਹੈ ਉਹੀ, ਅਸੀਂ ਪ੍ਰੇਮ ਦੇ ਕੰਡੇ ਤੇ ਰੱਬ ਨੂੰ ਹੈ ਤੋਲਣਾ, ਤੇਰੇ ਕਹਿਣ ਤੇ ਅਸੀਂ ਨਹੀਂ ਅੱਲਾ ਅੱਲਾ ਬੋਲਣਾ, ਜਾ ਤੇਰੇ ਕਹਿਣ ਤੇ ਅਸੀਂ ਨਹੀਂ ਅੱਲਾ ਅੱਲਾ ਬੋਲਣਾ। ਸਾਡਾ ਅੱਲਾ ਵੀ ਹੈ ਉਹੀ, ਸਾਡਾ ਰਾਮ ਵੀ ਹੈ ਉਹੀ, ਅਸੀਂ ਪ੍ਰੇਮ ਦੇ ਕੰਡੇ ਤੇ ਰੱਬ ਨੂੰ ਹੈ ਤੋਲਣਾ, ਤੇਰੇ ਕਹਿਣ ਤੇ ਅਸੀਂ ਨਹੀਂ ਅੱਲਾ ਅੱਲਾ ਬੋਲਣਾ, ਤੇਰੇ ਕਹਿਣ ਤੇ ਅਸੀਂ ਨਹੀਂ ਅੱਲਾ ਅੱਲਾ।
ਨੇ ਸਭ ਨੂੰ ਬਣਾਇਆ, ਤੇਰੇ ਵਰਗੇ ਬੰਦੇ ਨੂੰ ਬਦੇ ਨਜ਼ਰ ਨਾ ਆਇਆ। ਤੇਰੀ ਸੋਚ ਹੈ ਹਲਵਾ ਦੇ ਨਾ ਤੇ ਜ਼ਹਿਰ ਬੋਲਣਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ। ਲਾਲਾ ਜਿੰਨਾ ਜੋਰ ਲੱਗੇ ਵੇਖੂ ਇਹ ਨਜ਼ਾਰੇ, ਲੋਕੀ ਕਹਿਣਗੇ ਵਜੀਦੇ ਕੋਲੋਂ ਲਾਲ ਨਹੀਂ ਉਹ ਹਾਰੇ। ਲਾਲਾ ਜਿੰਨਾ ਜੋਰ ਲੱਗੇ ਵੇਖੂ ਇਹ ਨਜ਼ਾਰੇ, ਲੋਕੀ ਕਹਿਣਗੇ ਵਜੀਦੇ ਕੋਲੋਂ ਲਾਲ ਨਹੀਂ ਉਹ ਹਾਰੇ। ਸਾਰੀ ਦੁਨੀਆ ਚ ਸਾਡਾ ਇਤਿਹਾਸ ਬੋਲਣਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ। ਅਸੀਂ ਹੱਸ ਹੱਸ ਸਹਿਣਾ, ਸਾਡੀ ਗੱਲ ਯਾਦ ਰੱਖੀ ਤੈਨੂੰ ਮਹਿੰਗਾ ਬੋਲ ਪੈਣਾ ਕਰ ਜਿਹੜਾ ਵੀ ਜ਼ੁਲਮ। ਅਸੀਂ ਹੱਸ ਹੱਸ ਸਹਿਣਾ, ਸਾਡੀ ਗੱਲ ਯਾਦ ਰੱਖੀ ਤੈਨੂੰ ਮਹਿੰਗਾ ਬੋਲ ਪੈਣਾ। ਇਹਨਾਂ ਨੀਹਾਂ ਚ ਜਿਹੜਾ ਤੂੰ ਸਾਡਾ ਲਹੂ ਬੋਲਣਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ। ਐਵੇਂ ਖੜੀ ਮੁੜੀ ਲਾਲ ਚਾਂਦ ਦੇ ਖੋਲ ਨਾ ਭੰਡਾਰੇ, ਤੇਰੇ ਰਾਜ ਪਾਗ ਮਹਿਲ ਅਸੀਂ ਠੋਕਰਾਂ ਤੇ ਮਾਰੇ। ਤੇਰੇ ਜਯਾ ਨੂੰ ਅਸੀਂ ਤਾਂ ਪੈਰਾਂ ਵਿੱਚ ਰੋਲਣਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਸਾਡਾ ਅੱਲਾ ਵੀ ਹੈ ਉਹ, ਸਾਡਾ ਰਾਮ ਵੀ ਹੈ ਉਹ, ਸਾਡਾ ਅੱਲਾ ਵੀ ਹੈ ਉਹ, ਸਾਡਾ ਰਾਮ ਵੀ ਹੈ ਉਹ, ਅਸੀਂ ਪ੍ਰੇਮ ਦੇ ਕੰਡੇ ਤੇਰਾ ਬੋਲੂ ਹੈ ਬੋਲਣਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਤੇਰੇ ਕਹਿਣ ਤੇ ਅਸੀਂ ਨੀ ਅੱਲਾ ਅੱਲਾ ਬੋਲਣਾ ਜਾ, ਅਸੀਂ ਨੀ ਅੱਲਾ ਅੱਲਾ ਬੋਲਣਾ। ਪੰਜ ਮਿੰਟ ਮੈਂ ਹੋਰ ਲੈਣੇ, ਸਿਰਫ ਪੰਜ ਮਿੰਟ।
ਸਤਸੰਗ ਜੀ ਸੈਕਟਰੀ ਸਾਹਿਬ ਵੀਰ ਭਾਈ ਭੁਪਿੰਦਰ ਸਿੰਘ ਜੀ ਬਹੁਤ ਹੀ ਪਿਆਰ ਨਾਲ ਸਟੇਜ ਨੂੰ ਸੰਭਾਲਦੇ ਆਏ ਨੇ, ਵਿਦਵਾਨ ਨੇ, ਔਰ ਇਹਨਾਂ ਕੋਲ ਬਣਿਆ ਬਣਾਇਆ ਪ੍ਰੋਗਰਾਮ ਪਹੁੰਚਦਾ, ਜਿਵੇਂ ਪਿੱਛੋਂ ਪ੍ਰਬੰਧਕਾਂ ਵੱਲੋਂ ਹੁਕਮ ਹੁੰਦਾ ਤਾਂ ਉਹਨਾਂ ਨੇ ਮੈਨੂੰ 40 ਮਿੰਟ ਦਿੱਤੇ ਸਨ, ਉਹ ਸਮਾਪਤ ਹੋ ਗਏ। ਇੱਕ ਤਾਂ 40 ਮਿੰਟ ਦਿੱਤੇ ਨੇ, ਮੈਨੂੰ ਗੁੱਸਾ ਨਹੀਂ ਹੈ। ਸੋਨੂ ਵੀਰ ਜੀ, ਤੁਸੀਂ ਮੈਨੂੰ ਸਿਰਫ 40 ਮਿੰਟ ਦਿੱਤੇ ਨੇ, ਸਾਡੇ ਪ੍ਰਬੰਧਕ ਉਹ ਨੇ। ਅਤੇ ਇੱਕ ਭਾਈ ਪਵਿੰਦਰ ਸਿੰਘ ਜੀ ਨੇ ਸ਼ੁਰੂ 'ਚ ਗੱਲ ਆਖੀ ਸੀ ਕਿ ਸਾਡੀ ਕਿਤੇ ਕਾਫਲੇ ਨੂੰ ਨਜ਼ਰ ਨਾ ਲੱਗ ਜਾਏ। ਇਹ ਦੁਖੀ ਨੇ, ਸਿੰਘ ਸਾਹਿਬ ਦੇ ਅੰਦਰੋਂ ਦੁਖੀ ਨੇ, ਬਹੁਤ ਦੁਖੀ ਨੇ, ਕਿਉਂਕਿ ਨਜ਼ਰ ਲੱਗ ਚੁੱਕੀ ਹੈ। ਕੱਲ ਜੋ ਅਸੀਂ ਸੱਚ ਬੋਲਿਆ ਸਿੰਘ ਸਾਹਿਬ ਨੇ ਔਰ ਮੇਰੇ ਗੀਤ ਨੇ, ਉਹ ਨਜ਼ਰ ਲੱਗ ਗਈ। ਮੈਂ ਧੱਕੇ ਨਾਲ ਹੀ ਸਾਰੇ ਤੁਹਾਨੂੰ ਗੀਤ ਸੁਣਾਏ ਨੇ, ਦੋ ਤਿੰਨ, ਨਹੀਂ ਤੇ ਉੱਪਰੋਂ ਹੁਕਮ ਸੀ ਕਿਤੇ, ਪਤਾ ਨਹੀਂ ਕਿੱਥੋਂ, ਕਿ ਮਨਿੰਦਰ ਸਿੰਘ ਨੂੰ ਕਹੋ ਅੱਜ ਸਿਰਫ ਬਾਣੀ ਦਾ ਕੀਰਤਨ ਕਰੇ, ਅਸੀਂ ਗੀਤ ਨਹੀਂ ਸੁਣਨੇ। ਕੱਲ ਜੋ ਸੱਚ ਬੋਲਿਆ ਗਿਆ, ਬਾਣੀ ਬਾਣੀ ਦਾ ਜੋ ਫੈਸਲਾ, ਉਹ ਬਾਣੀ ਕਹਿੰਦੀ ਹੈ, ਨਹੀਂ ਪਲੀਜ਼ ਮੇਰੀ ਬੇਨਤੀ, ਬਾਣੀ ਕਹਿੰਦੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਿਹੜੇ ਕੂੜ ਨੇ ਉਹਨਾਂ ਨੂੰ ਲੱਗੀ ਹੈ ਸਾਡੀ ਗੱਲ ਸੱਚ, ਉਹਨਾਂ ਦਾ ਕਸੂਰ ਕੋਈ ਨਹੀਂ। ਮੈਂ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ, ਮੇਰੇ ਕੋਲ ਇਲਜ਼ਾਮ ਨਾ ਆਵੇ, ਨਾ ਬੇਨਤੀ ਕਰਨ, ਮੇਰੀ ਬੇਨਤੀ ਹੈ, ਨਾ ਸਿੰਘ ਸਾਹਿਬ ਦੇ ਕੋਲ ਇਲਜ਼ਾਮ ਆਵੇ ਨਾ ਮੇਰੇ 'ਤੇ। ਅਸੀਂ ਪਿਆਰ ਨਾਲ, ਜਜ਼ਬਾਤਾਂ ਨਾਲ, ਮੈਂ ਗੀਤ 'ਚ ਵੀ ਬੇਨਤੀ ਕੀਤੀ, ਨਾ ਇਹ ਰਿਸ਼ਤਾ ਖੂਨ ਦਾ, ਨਾ ਜਾਤ ਦਾ, ਇਹ ਆਤਮਾ ਦਾ, ਪਿਆਰ ਦਾ, ਜਜ਼ਬਾਤ ਦਾ। ਅਸੀਂ ਉਸ ਜਜ਼ਬਾਤਾਂ ਨੂੰ ਲੈ ਕੇ ਚੱਲੇ ਹੋਏ ਹਾਂ, ਸਾਨੂੰ ਕਿਸੇ ਸੰਸਥਾ ਨਾਲ ਮਤਲਬ ਨਹੀਂ, ਅਤੇ ਨਾ ਅਸੀਂ ਕਿਸੇ ਨੂੰ ਘਟਾਉਣਾ ਚਾਹੁੰਦੇ। ਪਰ ਕੀ ਤੁਸੀਂ ਸੱਚ ਨੂੰ ਸੱਚ ਨਹੀਂ ਕਹਿਣ ਦਿਓਗੇ? ਇਹ ਕੋਈ ਗੱਲ ਥੋੜ੍ਹਾ ਹੋਈ, ਜੇ ਅੱਜ ਤੁਹਾਡੇ ਕੋਲ ਕਬਜ਼ਾ ਹੈ, ਜੇ ਅੱਜ ਤੁਹਾਡੇ ਕੋਲ ਕਬਜ਼ਾ ਹੈ ਤਾਂ ਯਾਦ ਰੱਖਿਓ, ਇਹ ਸੰਗਤ ਜੋ ਤੁਹਾਨੂੰ ਬਿਠਾਉਣ ਵਾਲੀ, ਇਹਨਾਂ ਨੇ ਤੁਹਾਨੂੰ ਲਾ ਕੇ ਪਾਸੇ ਮਾਰਨਾ। ਗੁਰੂ ਕਿਰਪਾ ਕਰੇ, ਮੈਨੂੰ ਹਰ ਵਾਰੀ ਇੰਝ ਲੱਗ ਰਿਹਾ ਸੀ ਕਿ ਮੈਂ ਸ਼ਾਇਦ ਇਹ ਮੇਰਾ ਆਖਰੀ ਪ੍ਰੋਗਰਾਮ ਹੈ, ਆਖਰੀ ਪ੍ਰੋਗਰਾਮ, ਮੈਂ ਸੱਚ ਕਹਿ ਰਿਹਾ, ਇਹ ਮੇਰਾ ਆਖਰੀ ਪ੍ਰੋਗਰਾਮ ਸੀ, ਕਿਉਂਕਿ ਮਜਬੂਰੀ ਹੋ ਜਾਂਦੀ, ਮੇਰਾ ਅੱਜ ਮੂਡ ਬਿਲਕੁਲ। ਹਾਂਜੀ, ਨਹੀਂ ਮੈਂ ਬੇਨਤੀ ਮੈਨੂੰ ਕਰ ਲੈਣ ਦੋ, ਤੁਹਾਡੇ ਤੋਂ ਕੋਈ ਲਿਖੀ ਨਹੀਂ। ਇਸ ਜਗ੍ਹਾ ਦਾ ਇਹ ਦੁਖਾਂਤ ਨਹੀਂ ਆ, ਹੁਣ ਹਰ ਜਗ੍ਹਾ ਤੇ ਸਾਨੂੰ ਮਜਬੂਰ ਕੀਤਾ ਗਿਆ, ਉਹਦਾ ਕਾਰਨ ਮੈਂ ਦੱਸਾਂ ਤੁਹਾਨੂੰ ਕੀ। ਅਸੀਂ ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਪਰ ਪੂਰੀ ਕੌਮ ਨੂੰ ਮੈਂ ਬੇਨਤੀ ਕਰਾਂਗਾ, ਜੇ ਵਾਕਿਆ ਤੁਸੀਂ ਗੁਰੂ ਦੇ ਸਿੱਖ ਤੇ ਅੰਮ੍ਰਿਤਧਾਰੀ ਹੋਵੋ, ਜਿੰਨੀ ਦੇਰ ਤੁਸੀਂ ਅੰਮ੍ਰਿਤਧਾਰੀ ਨਹੀਂ ਹੋਵੋਗੇ, ਤੁਸੀਂ ਅਮਲੀਆਂ ਦੇ ਗੁਲਾਮ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। Oh.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਸ ਸੇ ਕੋਈ ਮਕਤਲ ਮੇ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ। ਮਕਤਲ ਕਹਿੰਦੇ ਕਤਲ ਹੋਣ ਦੀ ਜਗ੍ਹਾ। ਕਤਲ ਤੇ ਬਹੁਤ ਦੁਨੀਆਂ ਕੀਤੀ ਜਾਂਦੀ ਹੈ, ਅੱਜ ਵੀ ਕੀਤੀ ਜਾ ਰਹੀ ਹੈ, ਪਰ ਜਿਹੜੀ ਸ਼ਾਨ ਦੇ ਨਾਲ ਕੋਈ ਉਸ ਜਗ੍ਹਾ ਤੇ ਗਿਆ ਨਾ, ਜਿਹੜੇ ਚਿਹਰੇ ਦੇ ਹਾਵ ਭਾਵ ਲੈ ਕੇ, ਜਿਹੜੇ ਅਕੀਦੇ ਨੂੰ ਲੈ ਕੇ, ਉਹ ਸਲਾਮਤ ਰਹਿੰਦਾ। ਸ਼ਬਦ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ। ਅਸੀਂ ਆਸ ਕਰਦੇ ਹਾਂ ਆਪਣੇ ਕਲਗੀਧਰ ਪਿਤਾ ਤੋਂ, ਸਤਿਗੁਰ ਜੀਓ ਸਾਡੀ ਅਰਦਾਸ ਹੈ ਇਹ ਜੋ ਤੇਰੇ ਸਾਹਿਬਜ਼ਾਦਿਆਂ ਦੇ ਚਰਨਾਂ ਨਾਲ ਜੁੜੇ ਨੇ ਉਹਨਾਂ ਨੂੰ ਹਮੇਸ਼ਾ ਚਰਨਾਂ ਨਾਲ ਜੋੜ ਕੇ ਰੱਖਣਾ, ਇਸ ਪੰਥ ਦੇ ਪੂਰੇ ਬੇੜੇ ਨੂੰ ਤੁਸੀਂ ਪਾਰ ਕਰਨਾ, ਜਿੰਨੀਆਂ ਹੋਰ ਵਰਤੋਂ ਨਾ ਕਰੇ ਤੁਸੀਂ ਵਰਤੋਂ ਕਰੋ ਇਸਦੀ, ਕਿਉਂਕਿ ਹੋਰ ਵਰਤਣ ਵਾਲੇ ਆਪਣੇ ਸਵਾਰਥ ਲਈ ਵਰਤ ਜਾਂਦੇ ਨੇ। ਤੁਸੀਂ ਸਾਨੂੰ ਬਿਨਾਂ ਕਿਸੇ ਸਵਾਰਥ ਤੋਂ ਸੰਸਾਰ ਦੀ ਸੇਵਾ ਲਈ ਬਣਾਇਆ ਸੀ, ਤੁਹਾਡੀ ਕਿਰਪਾ ਹੋਵੇ ਅਸੀਂ ਤੁਹਾਡੇ ਕੰਮ ਆ ਸਕੀਏ। ਇਹ ਸਾਰਾ ਪੰਥ ਜਿਸ ਕਾਰਜ ਲਈ ਤੁਸੀਂ ਬਣਾਇਆ ਉਸ ਤੋਂ ਤੁਸੀਂ ਕੰਮ ਲੈ ਸਕੋ। ਸੋ ਆਪ ਜੀ ਨੇ ਮੇਰੇ ਨਾਲ ਗਾਉਣਾ ਹੈ। ਦੀਨ ਦਿਆਲ ਪਰੋਸੇ ਤੇ ਚੜਾਇਆ ਲੰਘਾਵੇ।
ਹਾਲ ਮੁਰੀਦਾਂ ਦਾ ਕਹਿਣਾ, ਕਿਉਂਕਿ ਮੈਂ ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖ, ਹਰ ਗੁਰਸਿੱਖ ਜੋ ਆਪਣੇ ਟੀਵੀ ਦੇ ਸਾਹਮਣੇ ਬੈਠਾ ਜਾਂ ਮੋਬਾਈਲ ਦੇ ਸਾਹਮਣੇ ਇਸ ਕੀਰਤਨ ਦਰਬਾਰ ਨਾਲ ਜੁੜਿਆ, ਤਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਬਹੁਤ ਸਾਰੇ ਲੋਕ ਵਿਦਵਾਨ ਵੀ ਇੰਜ ਮੰਨਦੇ ਨੇ ਕਿ ਇਹ ਸ਼ਬਦ ਗੁਰੂ ਸਾਹਿਬ ਜੀ ਦਾ ਨਹੀਂ,
ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ। ਸ਼ਬਦ ਕਿਸਦਾ ਹੈ ਕਿਸਦਾ ਨਹੀਂ ਇਹ ਤਾਂ ਉਹ ਜਾਣਦੇ ਨੇ, ਸਾਨੂੰ ਤਾਂ ਭਰੋਸਾ ਕਿ ਗੁਰੂ ਸਾਹਿਬ ਜੀ ਦਾ। ਪਰ ਇਹ ਸ਼ਬਦ ਸਾਨੂੰ ਯਾਦ ਕੀ ਦਿਲਾਉਂਦਾ ਹੈ, ਸਾਨੂੰ ਲੈ ਕੇ ਕਿੱਥੇ ਜਾਂਦਾ ਹੈ? ਇਸ ਗੱਲ ਵੱਲ ਤੁਸੀਂ ਧਿਆਨ ਦੇਣਾ। ਜੇ ਤੁਸੀਂ ਨਹੀਂ ਮੰਨਦੇ, ਇੰਝ ਹੀ ਮੰਨ ਲਓ ਕਿਸੇ ਗੁਰਸਿੱਖ ਦੀ ਕਿਰਤ ਹੈ, ਭਾਈ ਗੁਰਦਾਸ ਜੀ ਦੀ ਕਿਰਤ ਵੀ ਮੰਨਦੇ ਹੀ ਹੋ, ਭਾਈ ਨੰਦ ਲਾਲ ਜੀ ਦੀ ਵੀ ਮੰਨਦੇ ਹੋ। ਪਰ ਮੇਰੀ ਉਹਨਾਂ ਨੂੰ ਬੇਨਤੀ ਹੈ ਇਸ ਗੱਲ ਕਰਕੇ ਕੋਈ ਵੀ ਦੁਬਿਧਾ ਨਾ ਮਨ ਵਿੱਚ ਰੱਖੋ, ਕਿਉਂਕਿ ਅਕਸਰ ਨਾ ਕਈ ਵਾਰੀ ਇਹ ਸ਼ਬਦ ਗਾਉਣ ਲੱਗਦੇ ਜਦੋਂ ਵਾਦ ਵਿਵਾਦ ਕਰਦੇ ਨੇ, ਜੇ ਨਾ ਗਾਓ ਤਾਂ ਵੀ ਮਾੜੀ ਗੱਲ, ਜੇ ਗਾਓ ਤਾਂ ਵੀ। ਤਾਂ ਮੈਂ ਇੱਕ ਬੇਨਤੀ ਕਰਾਂਗਾ, ਅੱਜ ਇਹ ਜੇ ਕੋਈ ਦੋਸ਼ ਹੋਵੇ, ਜੇ ਕੋਈ ਪਾਪ ਹੋਵੇ ਤਾਂ ਮੇਰੀ ਝੋਲੀ ਵਿੱਚ ਪਾ ਦਿਓ। ਇਸ ਸ਼ਬਦ ਨੂੰ ਤੁਸੀਂ ਸਾਨੂੰ ਗਾ ਲੈਣ ਦਿਓ, ਹਰ ਇੱਕ ਪ੍ਰਚਾਰਕ ਨੂੰ, ਹਰ ਇੱਕ ਰਾਗੀ ਸਿੰਘ ਨੂੰ ਸ਼ਬਦ ਗਾ ਲੈਣ ਦਿਓ। ਸਾਨੂੰ ਰੋਕਿਆ ਨਾ ਕਰੋ, ਸਾਨੂੰ ਟੋਕਿਆ ਨਾ ਕਰੋ। ਜਿਹੜਾ ਕੋਈ ਮੰਨਦਾ ਕਿ ਸਾਡੀ ਭਾਵਨਾ ਕਿ ਗੁਰੂ ਸਾਹਿਬ, ਕਿਉਂਕਿ ਅਸੀਂ ਸ਼ਬਦਾਂ ਪਿੱਛੇ ਨਹੀਂ, ਸ਼ਬਦਾਂ ਦੇ ਪਿੱਛੇ ਜੋ ਹੈ ਅਸੀਂ ਉਹ ਦੇਖਦੇ ਹਾਂ, ਜਿਹੜੀ ਗਹਿਰਾਈ ਇਸ ਸ਼ਬਦ ਵਿੱਚ, ਔਰ ਜੋ ਸਾਨੂੰ ਨਜ਼ਰ ਆਉਂਦਾ ਉਹ ਮਾਛੀ ਬੜਾ, ਸਾਡਾ ਸਾਹਿਬ ਆਪਣੇ ਮਾਲਕ ਨਾਲ ਗੱਲਾਂ ਕਰਦਾ ਸੀ ਉਹ ਦੇਖਦੇ ਹਾਂ। ਤੋ ਇਹ ਸ਼ਬਦ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਤੁਸੀਂ ਜਿੱਥੇ ਵੀ ਹੋ ਮੇਰੇ ਨਾਲ ਗਾਓ ਇਸ ਸ਼ਬਦ ਨੂੰ, ਸਾਰੇ ਜਾਣੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਮੈਨੂੰ ਸਿੰਘ ਸਾਹਿਬ ਵੱਲੋਂ ਇਹ ਹੁਕਮ ਹੋਇਆ ਕਿ ਮੈਂ ਆਪ ਸਿੰਘ ਜੀ ਨੂੰ ਬੇਨਤੀ ਕਰਦਿਆਂ ਕਿ ਜਿੱਥੇ ਵੀ ਤੁਸੀਂ ਹੈ ਉੱਥੇ ਹੀ ਬੈਠ ਜਾਓ। ਹੁਣ ਤੁਹਾਡਾ ਆਇਆ ਸਫਲ ਹੈ, ਤੁਹਾਡਾ ਮੱਥਾ ਟੇਕਿਆ ਪ੍ਰਵਾਨ, ਜਿੱਥੇ ਜਗ੍ਹਾ ਮਿਲਦੀ। ਵਹਿਮ ਨਾ ਕਰੋ ਕਿ ਅਸੀਂ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਿਆ ਤੇ ਅਸੀਂ ਸ਼ਾਇਦ, ਜਿੱਥੇ ਜਿੱਥੇ ਖੜੇ ਹੋ ਉੱਥੇ ਉੱਥੇ ਬੈਠ ਜਾਓ, ਜਗ੍ਹਾ ਦੀ ਕਮੀ ਹੈ। ਜਗ੍ਹਾ ਦੀ ਨਹੀਂ ਕਮੀ, ਸੰਗਤ ਬਹੁਤ ਜ਼ਿਆਦਾ ਆ ਗਈ, ਤਾਂ ਆਪ ਜੀ ਬੈਠ ਜਾਓ, ਥੋੜ੍ਹੀ ਜਿਹੀ ਸ਼ਾਂਤੀ ਰੱਖੋ ਹੁਣ, ਕਿਉਂਕਿ ਇਹ ਸ਼ਬਦ ਬਹੁਤ ਹੀ ਪਿਆਰਾ ਹੈ, ਗੁਰੂ ਸਾਹਿਬ ਜੀ ਦੀ ਯਾਦ ਦਿਲਾਉਂਦਾ। ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਦਿਲ ਬਿਨ ਰੋਗ ਰਜ਼ਾਇਆ
ਸਾਡੀ ਬਹੁਤੀ ਅੰਗਰੇਜ਼ੀ ਬਹੁਤੀ ਪੰਜਾਬੀ ਜਾਂ ਬਹੁਤੀ ਹਿੰਦੀ ਨੂੰ ਨਹੀਂ ਜਾਣਦਾ ਜਾਣਦਾ ਤਾਂ ਹੈ ਇਹਦੀ ਨਹੀਂ ਪਰਵਾਹ ਕਰਦਾ ਇੱਥੇ ਤੱਕ ਕਿ ਬਾਣੀ ਤਿਆਗ ਵੀ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪੈ ਜਾਏ ਰਾਮ ਰਾਮ ਵੀ ਕਈ ਜੋਤਾਂ ਵੀ ਨਹੀਂ ਮੰਨਦਾ ਮੰਨਦਾ ਕਿਵੇਂ ਹੈ ਪਿਆਰ ਦੀ ਭਾਸ਼ਾ ਨਾਲ ਰੋਜ਼ ਪੜ੍ਹਦੇ ਹਨ ਕਿ ਜੀ ਭਾਸ਼ਾ ਭਾਖਿਆ ਭਾਓ ਅਪਾ ਅਤੇ ਜੇ ਇਸ ਸ਼ਬਦ ਨੂੰ ਅਸੀਂ ਪਿਆਰ ਨਾਲ ਪੜ੍ਹਾਂਗੇ ਤਾਂ ਸਾਡੀ ਹੂਕ ਉਹਦੇ ਦਰ 'ਤੇ ਨਹੀਂ ਜਾਏਗੀ ਗੱਲ ਤਾਂ ਪ੍ਰੇਮ ਦੀ ਹੈ ਸ਼ਬਦਾਂ ਦੀ ਗੱਲ ਬਾਅਦ ਵਿੱਚ ਹੈ ਪਹਿਲੇ ਪ੍ਰੇਮ ਦੀ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਜੇ ਬਾਹਰੋਂ ਭੁੱਲ ਚੁੱਕ ਵੀ ਬੋਲੀ ਜੇ ਪ੍ਰੇਮ ਨਾਲ ਕਿਹਾ ਗਿਆ ਤੇ ਰੱਬ ਕਹਿੰਦਾ ਤੂੰ ਮਰਾਂ ਮਰਾਂ ਕਰੀ ਜਾ ਮਾਪੇ ਰਾਮ ਰਾਮ ਬਣਾ ਲਾ ਤੂੰ ਇਹ ਸ਼ਬਦ ਜਦ ਪਿਆਰ ਨਾਲ ਗਾਉਂਦੇ ਹਾਂ ਮੈਨੂੰ ਤਾਂ ਵਿੱਚ ਲਫ਼ਜ਼ ਨਹੀਂ ਲੱਭਦੇ ਮੈਨੂੰ ਤਾਂ ਸਾਹਿਬ ਦੇ ਦਰਸ਼ਨ ਹੁੰਦੇ ਨੇ ਕਲਗੀਆਂ ਵਾਲੇ ਦੇ ਬਸ ਇਹੀ ਕਰਨੇ ਆਪਾਂ
ਆਪਾਂ ਦਰਸ਼ਨ ਕਰ ਲੈਂਦੇ ਹਾਂ। ਸ਼ਬਦ ਵੀ ਸਾਨੂੰ ਪਰਮਾਤਮਾ ਦੇ ਦਰਸ਼ਨ ਹੀ ਕਰਾਉਂਦਾ ਨਾ, ਅਤੇ ਜੇ ਸਾਡਾ ਧਿਆਨ ਦਰਸ਼ਨਾਂ 'ਚ ਨਾ ਹੋਵੇ, ਸ਼ਬਦ ਵਿੱਚ ਨਾ ਹੋਵੇ, ਫਿਰ ਪੜ੍ਹੀ ਜਾਓ, ਫਿਰ ਤਾਂ ਕੋਈ ਨਹੀਂ, ਪੜ੍ਹ ਪੜ੍ਹ ਗੱਡੀ ਲੰਘਦੀ ਹੈ, ਪੜ੍ਹ ਪੜ੍ਹ ਪੜ੍ਹੀ ਹੈ। ਜੇ ਜਿਹਨਾਂ ਨੇ ਇਸ ਸ਼ਬਦ ਨੂੰ ਮੰਨ ਲਿਆ, ਜੇ ਉਹ ਪ੍ਰੇਮ ਨਾਲ ਨਹੀਂ ਪੜ੍ਹਦੇ ਤਾਂ ਅਵਸਥਾ ਉਹਨਾਂ ਦੀ ਵੀ ਨਹੀਂ ਬਦਲਣੀ, ਅਤੇ ਜਿਹਨਾਂ ਨੇ ਨਹੀਂ ਮੰਨਿਆ ਤਾਂ ਅਵਸਥਾ ਉਹਨਾਂ ਦੀ ਵੀ ਇੱਕ ਬਹੁਤ ਵਧੀਆ ਨਹੀਂ। ਸੋ ਜਿਹੜੀ ਗੱਲ ਮੁੱਕਣੀ ਹੈ ਉਹ ਸਿਰਫ ਢਾਈ ਅੱਖਰਾਂ 'ਤੇ ਮੁੱਕਣੀ, ਪ੍ਰੇਮ 'ਤੇ। ਇਸ ਕਰਕੇ ਜਿਵੇਂ ਆਪ ਜੀ ਬੜੇ ਪਿਆਰ ਨਾਲ ਦਾਸ ਨੂੰ ਇਤਿਹਾਸ ਦੇ ਇਹ ਗੀਤ ਸਰਵਣ ਕਰਦੇ ਹੋ, ਤੁਹਾਡੀਆਂ ਅੱਖਾਂ 'ਚੋਂ ਬੈਰਾਗ ਡੁੱਲ ਡੁੱਲ ਪੈਂਦਾ, ਇਹੀ ਤਾਂ ਪ੍ਰਵਾਨ ਹੈ ਪਰਮਾਤਮਾ ਨੂੰ। ਇਹ ਸਾਡੇ ਜਨਮਾਂ ਜਨਮਾਂ ਦੇ ਪਾਪ ਧੋਂਦੇ ਨੇ, ਸਾਡੇ ਅੱਥਰੂ ਥੋੜ੍ਹਾ ਹੈ, ਇਹ ਵਾਸ਼ਿੰਗ ਪਾਊਡਰ ਹੈ ਸਾਡਾ, ਸਾਡੇ ਪਾਪ ਧੋਣ ਵਾਲਾ ਇਹ ਪਾਊਡਰ ਹੈ। ਗੁਰੂ ਕਿਰਪਾ ਕਰੇ ਜੀ, ਅੱਜ ਗੰਗੂ ਨੇ ਸਾਹਿਬਜ਼ਾਦਿਆਂ ਨੂੰ ਫੜਾ ਦਿੱਤਾ, ਬੇਦੋਸ਼ ਨਮਾਣੀਆਂ ਜਿੰਦਾਂ ਨੂੰ ਗੰਗੂ ਤੋਂ ਫੜਾ ਕੇ ਕੀ ਲੈਣਾ। ਇਹ ਗੀਤ ਆਪ ਜੀ ਸਰਵਣ ਕਰੋ, ਕੁਦਰਤ ਇਸਨੂੰ ਲਾਂਘ ਤਾਂ ਪਾਉਂਦੀ ਰਹੀ ਪਰ ਇਹ ਸਟੀਟ ਨੇ ਪਾਪ ਕਰਕੇ ਛੱਡਿਆ। ਬੇਦੋਸ ਨੇ ਮਾਣੀਆਂ ਜ਼ਿੰਦਾ ਨੂੰ, ਬੇਦੋਸ ਨੇ ਮਾਣੀਆਂ ਜ਼ਿੰਦਾ ਨੂੰ, ਗੰਗੂ ਤੂੰ ਫੜਾ ਕੇ ਕੀ ਲੈਣਾ। ਬੇਦੋਸ ਨੇ ਮਾਣੀਆਂ ਜ਼ਿੰਦਾ, ਬੇਦੋਸ਼
ਸਫਰੀ ਜੀ ਦਾ ਗੀਤ ਸੁਣ ਰਿਹਾ ਸੀ। ਨਰਿੰਦਰ ਬੀਬਾ ਜੀ ਨੇ ਗਾਇਆ ਤੇ ਬੜਾ ਹੀ ਦਿਲ ਨੂੰ ਛੋਹਣ ਵਾਲਾ ਗੀਤ। ਨੀਲਾ ਪਾਉਣ ਦਾ ਸਵਾਰ ਜਾਣੇ ਕੁੱਲ ਸੰਸਾਰ, ਅੱਜ ਚੱਲਦਾ ਮੈਦਾਨ ਵਿੱਚ ਰੁੱਕ ਰੁੱਕ ਰੁੱਕ, ਜਾਣ ਪੱਥਰ ਅੱਖਾਂ ਚੋਂ ਬੁੱਕ ਬੁੱਕ ਬੁੱਕ, ਇਹ ਕੀ ਹੋ ਗਿਆ। ਬੇਸ਼ੱਕ ਇੱਦਾਂ ਹੋਇਆ ਨਹੀਂ, ਸਬਜੈਕਟ ਉਹਨਾਂ ਨੇ ਜੋ ਚੁਣਿਆ ਚਰਨ ਸਿੰਘ ਸਫਰੀ ਜੀ, ਪੰਜਾਬੀ ਦੇ ਧਾਰਮਿਕ ਗੀਤ ਵੱਲ ਲਿਖਣ ਵਾਲੇ ਸਭ ਤੋਂ ਵਧੀਆ ਲਿਖਾਰੀ ਸਨ। ਦੋ ਬੜੀਆਂ ਕੀਮਤੀ ਜਿੰਨਾ ਚੰਨ ਮਾਤਾ ਗੁਜਰੀ ਦਾ ਉਹਨਾਂ ਦੇ ਲਿਖੇ, ਉਹਨਾਂ ਨੇ ਜੋ ਖਿਆਲ ਉਡਾਰੀ ਹੁੰਦੀ ਲਿਖਣ ਦੀ, ਉਹਨਾਂ ਨੇ ਜੋ ਲਿਖਿਆ ਕਿ ਜੋ ਗੁਰੂ ਸਾਹਿਬਾਨ ਦਾ ਨੀਲਾ ਘੋੜਾ ਹੈ
ਉਹ ਕਹਿ ਰਿਹਾ ਕਿਉਂਕਿ ਉਹਨੂੰ ਪਤਾ ਨਹੀਂ ਇਹ ਕੀ ਹੋ ਗਿਆ, ਉਹਨੂੰ ਨਹੀਂ ਪਤਾ ਕਿ ਕੀ ਹੋਇਆ। ਕਹਿੰਦੇ ਨੀਲਾ ਪਾਉਣ ਦਾ ਸਵਾਰ, ਜਿਹੜਾ ਨੀਲਾ ਘੋੜਾ ਹੈ ਸਾਰੀ ਦੁਨੀਆਂ ਨੂੰ ਪਤਾ ਕਿ ਹਵਾ ਨਾਲ ਗੱਲਾਂ ਕਰਦਾ, ਨੀਲਾ ਪਾਉਣ ਦਾ ਸਵਾਰ ਜਾਣੇ ਕੁੱਲ ਸੰਸਾਰ, ਅੱਜ ਚੱਲਦਾ ਮੈਦਾਨ ਵਿੱਚ ਰੁਕ ਰੁਕ ਰੁਕ, ਅੱਜ ਹੌਲੀ ਹੌਲੀ ਚੱਲਦਾ ਮੈਦਾਨ ਵਿੱਚ, ਜਾਣ ਅੱਥਰੂ ਅੱਖਾਂ ਦੇ ਵਿੱਚੋਂ ਬੁੱਕ ਬੁੱਕ। ਉਹ ਰੋ ਰਿਹਾ ਹੈ, ਟਾਲਿਆ ਗਿਆ ਨਾ ਆਖਾ ਪੰਥ ਦਾ ਅਟਲ ਸੀ। ਗੁਰੂ ਸਾਹਿਬ ਨੂੰ ਪੰਥ ਨੇ ਹੁਕਮ ਕੀਤਾ ਕਿ ਤੁਸੀਂ ਚਲੇ ਜਾਓ, ਸਤਿਗੁਰੂ ਨੀਲੇ ਤੇ ਸਵਾਰ ਹੋ ਕੇ ਚੱਲੇ ਨੇ। ਟਾਲਿਆ ਗਿਆ ਨਾ ਆਖਾ ਪੰਥ ਦਾ ਅਟਲ ਸੀ, ਨੀਲੇ ਦਾ ਸਵਾਰ ਪਿਆ ਗੜੀ ਵਿੱਚੋਂ ਚੱਲ ਸੀ, ਜ਼ਰਾ ਕੁ ਅਗਾਂਹ ਜਾ ਕੇ ਨੀਲਾ ਗਿਆ ਖਲ ਸੀ, ਨੀਲਾ ਖੜਾ ਹੋ ਗਿਆ, ਕਰੇ ਕਿਸੇ ਨੂੰ ਸਲਾਮ ਪਿਆ ਚੁੱਕ ਚੁੱਕ ਚੁੱਕ। ਇਹ ਕੀ ਹੋ ਗਿਆ? ਬੱਦਲਾਂ ਚੋਂ ਬਿਜਲੀ ਚਮੱਕੇ ਹੈ ਸੀ ਮਾਰਦੀ, ਸੁੰਮਾਂ ਵੱਲ ਨਿਗਾਹ ਹਾਏ ਗਈ ਜਾਂਦਾ ਤਾਰਦੀ। ਬਿਜਲੀ ਚਮਕੀ ਤੇ ਸਤਿਗੁਰਾਂ ਨੇ ਨੀਲੇ ਦੇ ਪੈਰਾਂ ਵੱਲ ਦੇਖਿਆ, ਸੁੰਮਾਂ ਵੱਲ ਕੀ ਦੇਖਦੇ ਨੇ? ਲਹੂ ਵਿੱਚ ਭਿੱਜੀ ਹੋਈ ਲੋਤ ਸੀ ਜੁਝਾਰਦੀ, ਚੰਦ ਬੱਦਲਾਂ ਚ ਰੋਇਆ ਅੱਜ ਲੁਕ ਲੁਕ ਲੁਕ। ਇਹ ਕੀ ਹੋ ਗਿਆ? ਤੇ ਸਤਿਗੁਰ ਨੀਲੇ ਨੂੰ ਕੀ ਕਹਿੰਦੇ ਨੇ? ਨੀਲਿਆ ਇਸ ਥਾਂ ਵੀ ਪੂਰ ਮੇਰਾ ਪੱਖ ਦੇ। ਬਹੁਤ ਖਿਆਲ ਉਡਾਰੀ ਉੱਚੀ ਮਾਰੀ ਉਹਨਾਂ ਸਫਰੀ ਸਾਹਿਬ, ਨੀਲਿਆ ਇਸ ਥਾਂ ਵੀ ਪੂਰ ਮੇਰਾ ਪੱਖ ਦੇ, ਤੂੰ ਮੇਰੇ ਵੱਲ ਦੀ ਗੱਲ ਕਰ। ਮੋਤੀ ਕਿਉਂ ਲੁਟਾਈ ਜਾਂਦਾ ਬਾਰ ਬਾਰ ਅੱਖ ਦੇ, ਪੈਰ ਮੇਰੇ ਪੁੱਤਰ ਦੀ ਲੋਥ ਉੱਤੇ ਰੱਖ ਦੇ। ਤੂੰ ਆਪਣਾ ਪੈਰ ਰੋਕਿਆ ਕਿਉਂ ਰੱਖ ਦੇ? ਤੂੰ ਲੰਘਣਾ, ਅਸੀਂ ਅੱਗੇ ਜਾਣਾ, ਪੈਰ ਮੇਰੇ ਪੁੱਤਰ ਦੀ ਲੋਥ ਉੱਤੇ ਰੱਖ ਦੇ। ਕਰਾਂ ਪੰਥ ਦਾ ਨਿਸ਼ਾਨ ਉੱਚਾ ਚੁੱਕ ਚੁੱਕ ਚੁੱਕ। ਸਤਿਗੁਰੂ ਦੀ ਰੀਝ ਇਹ ਹੈ ਕਿ ਮੇਰੇ ਪੰਥ ਦਾ ਨਿਸ਼ਾਨ ਉੱਚਾ ਹੋਵੇ, ਮੇਰੇ ਪੁੱਤ ਜਾਂਦੇ ਤੇ ਜਾਣ ਦੇ। ਸਫਰੀ ਜੰਜੀਰ ਮੋਹ ਮਾਇਆ ਵਾਲੇ ਤੋੜ ਦੇ, ਹੱਕ ਦਾ ਪਿਆਰ ਨਹੀਂ ਸ਼ਹੀਦ ਕਦੇ ਲੋੜ ਦੇ, ਚਿਤ ਰਾਮ ਨਾਮ ਦੀ ਪ੍ਰੀਤ ਵੱਲ ਜੋੜ ਦੇ, ਅੱਜ ਜ਼ੁਲਮ ਦੀ ਕਹਾਣੀ ਗਈ ਏ ਮੁੱਕ ਮੁੱਕ ਮੁੱਕ। ਇਹ ਕੀ ਹੋ? ਤੁਸੀਂ ਇਸ ਗੀਤ ਨੂੰ ਅਕਸਰ ਸੁਣਿਆ, ਪਰ ਕਿਉਂਕਿ ਥੋੜ੍ਹੀ ਜਿਹੀ ਇਹ ਵਿਆਖਿਆ ਮੰਗਦਾ ਸੀ ਗੀਤ, ਮੈਂ ਵੀ ਬਹੁਤ ਪਿਆਰਾ ਗੀਤ ਮੈਂ ਬੜੀ ਵਾਰੀ ਸੁਣਿਆ ਬਚਪਨ 'ਚ, ਪਰ ਪਤਾ ਨਹੀਂ ਕਿ ਇੰਨਾ ਗਹਿਰਾ ਲਿਖਿਆ ਹੋਇਆ ਇਹਨਾਂ ਨੇ। ਮੈਂ ਤੁਹਾਨੂੰ ਗਾ ਕੇ ਥੋੜ੍ਹੀ ਜਿਹੀ ਸੁਣਾਉਣ ਦੀ ਕੋਸ਼ਿਸ਼ ਕਰਦਾ। ਮੈਂ ਸੁਣਿਆ ਨਹੀਂ ਜਾਂਦਾ ਮੇਰੇ ਕੋਲ, ਆਪਾਂ ਰਲ ਕੇ ਗਾਉਂਦੇ ਹਾਂ ਜੀ ਉਸ ਨੀਲੇ ਦੀ ਕਹਾਣੀ। ਨੀਲਾ ਪਾਉਣ ਦਾ ਸਵਾਰ ਜਾਣੇ ਕੁੱਲ ਸੰਸਾਰ, ਅੱਜ ਚੱਲਦਾ ਮੈਦਾਨ ਵਿੱਚ ਰੁਕ ਰੁਕ ਰੁਕ, ਜਾਣ ਅੱਥਰੂ ਅੱਖਾਂ ਦੇ ਵਿੱਚ ਬੁੱਕ ਬੁੱਕ। ਇਹ ਕੀ ਹੋ ਗਿਆ? ਇਹ ਕੀ ਹੋ ਗਿਆ? ਇਹ ਕੀ ਹੋ ਗਿਆ? ਨੀਲਾ ਪਾਉਣ ਦਾ ਸਵਾ ਜਾਣੇ ਕੁੱਲ ਸੰਸਾਰ, ਅੱਜ ਚੱਲਦਾ ਮੈਦਾਨ ਵਿੱਚ
ਰੁਕ 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 ਜਾਣ ਅੱਥਰੂ ਅੱਖਾਂ ਦੇ ਬੁੱਕ ਬੁੱਕ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਟਾਲਿਆ ਗਿਆ ਨਾ ਆਖਾ ਪੰਥ ਦਾ ਅਟਲ ਸੀ ਨੀਲੇ ਦਾ ਸਵਾਰ ਪਿਆ ਗੜੀ ਵਿੱਚੋਂ ਚੱਲ ਸੀ ਜ਼ਰਾ ਤੂੰ ਅਗਾਂ ਜਾ ਕੇ ਨੀਲਾ ਗਿਆ ਖਲ ਸੀ ਜ਼ਰਾ ਤੂੰ ਅਗਾਂ ਜਾ ਕੇ ਨੀਲਾ ਗਿਆ ਖਲ ਸੀ ਕਰੇ ਕਿਸੇ ਨੂੰ ਸਲਾਮ ਪਿਆ ਚੁੱਕ 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 ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਬਦਲਾਂ ਚੋਂ ਬਿਜਲੀ ਚਮਕੇ ਹੈ ਸੀ ਮਾਰਦੀ ਸੁੰਮਾ ਵੱਲ ਨਿਗਾਹ ਹੈ ਗਈ ਜਾਂ ਦਤਾਰ ਦੀ ਲਹੂ ਵਿੱਚ ਭਿੱਜੀ ਹੋਈ ਲੋਥ ਸੀ ਜੁਝਾਰ ਦੀ ਲਹੂ ਵਿੱਚ ਭਿੱਜੀ ਹੋਈ ਲੋਥ ਸੀ ਜੁਝਾਰ ਦੀ ਚੰਦ ਬਦਲਾਂ ਚ ਰੋਇਆ ਅੱਜ ਲੁਕ 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 ਇਹ ਕੀ ਹੋ ਗਿਆ ਕੀ ਹੋ ਗਿਆ ਇਹ ਕੀ ਹੋ ਗਿਆ ਨੀਲਿਆ ਤੂੰ ਇਸ ਥਾਂ ਵੀ ਪੂਰ ਮੇਰਾ ਪੱਖ ਦੇ ਨੀਲਿਆ ਤੂੰ ਇਸ ਥਾਂ ਵੀ ਮੇਰਾ ਪੱਖ ਮੋਤੀ ਕਿਉਂ ਲੁਟਾਈ ਜਾਣਾ ਬਾਰ ਬਾਰ ਮੋਤੀ ਕਿਉਂ ਲੁਟਾਈ ਜਾਣਾ ਬਾਰ ਬਾਰ ਅੱਖ ਦੇ ਪੈਰ ਮੇਰੇ ਪੁੱਤਰ ਦੀ ਲਾਸ਼ ਤੇ ਰੱਖ ਦੇ ਓਏ ਪੈਰ ਮੇਰੇ ਲਾਸ਼ ਉੱਤੇ ਰੱਖ ਦੇ ਕਰਾਂ ਪੰਥ ਦਾ ਨਿਸ਼ਾਨ ਉੱਚਾ ਚੁੱਕ ਇਹ ਪਾਣ ਦਾ ਸਵਾਰ ਜਾਣੇ ਕੁੱਲ ਸੰਸਾਰ ਅੱਜ ਚੱਲ ਰੁਕ ਰੁਕ ਜਾਣ ਅੱਥਰੂ ਅੱਖਾਂ ਦੇ ਵਿੱਚੋਂ ਬੁੱਕ 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 ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ
ਸਫਰੀ ਜੰਜੀਰ ਮੋਹ ਮਾਇਆ ਵਾਲੇ ਤੋੜਦੇ, ਹੱਕ ਦਾ ਪਿਆਰ ਨਹੀਂ ਸ਼ਹੀਦ ਕਦੇ ਲੋੜਦੇ, ਚਿੱਤ ਰਾਮ ਦੀ ਪ੍ਰੀਤ ਵੱਲ ਜੋੜਦੇ। ਅੱਜ ਜ਼ੁਲਮ ਦੀ ਕਹਾਣੀ ਗਈ ਏ ਮੁੱਕ ਮੁੱਕ ਮੁੱਕ। ਮਾਫ਼ ਕਰ ਦਿਓ, ਮੈਂ ਤੁਹਾਨੂੰ ਰੋਣ ਨਹੀਂ ਆਇਆ। ਦਰਦ ਜਾਗਦਾ ਹੈ ਸਾਡੇ ਸਾਰਿਆਂ ਦੇ ਅੰਦਰ। ਗੁਰੂ ਸਾਹਿਬ ਦਾ ਬਹੁਤ ਵੱਡਾ ਜ਼ਿਕਰ ਆਇਆ, ਉਹ ਸਹਾਰ ਜਾਂਦੇ ਨੇ, ਸਾਡੇ ਕੋਲ ਨਹੀਂ ਸਹਾਰਿਆ ਜਾਂਦਾ। ਸਤਿਗੁਰੂ, ਗੁਰੂ ਬਖਸ਼ਿਸ਼ ਕਰੇ ਆਪ ਜੀ ਨੇ, ਕਿਵੇਂ ਬਖਸ਼ ਦੇਣੀ। ਗੁਰੂ ਸਾਹਿਬ ਵਾਹਿਗੁਰੂ ਜੀ, ਸਤਿਗੁਰੂ ਜੀ ਚਮਕੌਰ ਦੀ ਗੜੀ ਵਿੱਚ ਨਿਕਲੇ ਨੇ ਔਰ ਮਾਛੀਵਾੜ ਦੇ ਜੰਗਲਾਂ 'ਚ ਆਰਾਮ ਕਰਦੇ ਨੇ। ਮੈਂ ਬੇਨਤੀ ਕਰਾਂਗਾ ਬੀਬੀ ਜੀ ਨੂੰ, ਤੁਹਾਡਾ ਪਿਆਰ ਸਤਿਗੁਰੂ ਜਾਣਦੇ ਨੇ, ਤੁਹਾਡੀ ਹਾਜ਼ਰੀ ਗੁਰੂ ਦੇ ਚਰਨਾਂ 'ਚ ਲੱਗ ਗਈ ਹੈ। ਅਸੀਂ ਗੁਰੂ ਦੇ ਇਸ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ, ਬੈਠੇ ਹਾਂ। ਬਸ ਕਰੋ ਬੀਬੀ ਜੀ, ਬਸ ਕਰੋ ਬੀਬੀ ਜੀ, ਬਸ ਕਰੋ। ਗੁਰੂ ਸਾਹਿਬ ਜੀ ਮਾਛੀਵਾੜ ਦੇ ਜੰਗਲਾਂ 'ਚ ਨੇ, ਆਰਾਮ ਕਰਦੇ ਨੇ ਔਰ ਤਿੰਨਾਂ ਆਪਣੇ ਪਿਆਰਿਆਂ ਨੂੰ, ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਨੂੰ ਇਹ ਕਹਿ ਕੇ ਚੱਲੇ ਨੇ ਚਮਕੌਰ ਦੀ ਗੜੀ ਵਿੱਚੋਂ ਕਿ ਇਸ ਦਿਸ਼ਾ ਵਿੱਚ ਜਿੱਧਰ ਤਾਰਾ ਧਰੂ ਤਾਰਾ ਚਮਕਦਾ ਉੱਧਰ ਆ ਕੇ ਮਿਲਾਂਗੇ। ਤੋ ਉਹ ਗੁਰੂ ਪਿਆਰੇ ਆਪਣੇ ਗੁਰੂ ਨੂੰ ਲੱਭਦੇ ਫਿਰਦੇ ਨੇ। ਸਵੇਰ ਦਾ ਵੇਲਾ ਹੈ, ਨਾਲੇ ਲੱਭਦੇ ਨੇ, ਨਾਲੇ ਆਪਣੇ ਗੁਰੂ ਦੀਆਂ ਗੱਲਾਂ ਕਰਦੇ ਨੇ। ਭਾਈ ਦਇਆ ਸਿੰਘ ਜੀ, ਜੇ ਗੁਰੂ ਸਾਹਿਬ ਚਾਹੁੰਦੇ ਤਾਂ ਆਪਣੇ ਪੁੱਤ ਬਚਾ ਸਕਦੇ ਸਨ, ਅਸੀਂ ਵੀ ਤਾਂ ਤਿੰਨ ਨਿਕਲੇ ਹੀ ਹਾਂ, ਤੂੰ ਕਿੱਥੇ ਕੁ ਹੋਣਗੇ। ਕਿੰਨੀ ਕੁਰਬਾਨੀ ਕੀਤੀ ਉਹਨਾਂ ਨੇ, ਜੋ ਛੋਟੀ ਛੋਟੀਆਂ ਗੱਲਾਂ ਆਪਸ ਵਿੱਚ ਕਰਦੇ ਨੇ, ਉਹ ਇਸ ਗੀਤ ਰਾਹੀਂ ਮੈਂ ਉਸ ਵੇਲੇ ਦੇ ਹਾਲਾਤ ਸਾਡੇ ਪ੍ਰੀਤ ਮਾਂ ਸਾਡੇ ਦਾਤਾ, ਸਾਡੇ ਪ੍ਰੀਤ ਮਾਂ ਸਾਡੇ ਦਾਤਾ, ਸਾਡੇ ਮਾਲਕਾ ਮਜਾ ਵਾਲਿਆ, ਕਿੱਥੇ ਕੁਡੇਰੇ ਲਾਏ, ਕਿੱਥੇ ਕੁਡੇਰੇ ਲਾਏ, ਕਿੱਥੇ ਕੁਡੇਰੇ ਲਾਏ, ਸਾਡੇ ਪ੍ਰੀਤ ਮਾਂ ਸਾਡੇ ਦਾਤਾ, ਸਾਡੇ ਮਾਲਕਾ ਬਜਾ ਵਾਲਿਆ, ਕਿੱਥੇ ਕੁਡੇਰੇ ਲਾਏ।
ਗੁਜ਼ਾਰੀ ਰਾਤ ਗੁਰੂ ਨੇ ਕਿੱਥੇ ਗੁਜ਼ਾਰੀ ਰਾਤ ਗੁਰੂ ਨੇ ਕੋਈ ਖਬਰ ਮਿਲ ਜਾਏ ਕਿੱਥੇ ਕੁੜੇ ਲਾਏ ਕਿੱਥੇ ਕੁੜੇ ਲਾਏ ਕਿੱਥੇ ਕੁੜੇ ਲਾਏ ਸਾਡੇ ਪ੍ਰੀਤ ਮਾਂ ਸਾਡੇ ਦਾਤੇ ਸਾਡੇ ਪ੍ਰੀਤ ਮਾਂ ਸਾਡੇ ਦਾਤੇ ਸਾਡੇ ਮਾਲਕਾ ਮੋਹਮਤਾ ਦੀ ਦੁਨੀਆ ਸਾਰੀ ਇਸ ਗੱਲ ਤੋਂ ਇਨਕਾਰ ਨਹੀਂ ਮੋਹਮਤਾ ਦੀ ਦੁਨੀਆ ਸਾਰੀ ਇਸ ਗੱਲ ਤੋਂ ਇਨਕਾਰ ਨਹੀਂ ਤੀਆਂ ਪੁੱਤਰ ਸਭ ਨੂੰ ਪਿਆਰੇ ਕੌਣ ਕਹੇ ਮੈਨੂੰ ਪਿਆਰ ਨਹੀਂ ਦੋ ਦੋ ਪੁੱਤਰ ਵਾਰੇ ਜੋ ਦੋ ਦੋ ਪੁੱਤਰ ਵਾਰੇ ਜੋ ਉਸ ਬਾਪ ਨੂੰ ਪੁੱਛਿਆ ਜਾਏ ਕਿੱਥੇ ਕੁਡੇਰੇ ਲਾਏ ਕਿੱਥੇ ਕੁਡੇਰੇ ਲਾਏ ਕਿੱਥੇ ਕੁਡੇਰੇ ਲਾਏ ਸਾਡੇ ਪ੍ਰੀਤ ਮਾਂ ਸਾਡੇ ਦਾਤੇ ਸਾਡੇ ਮਾਲਕਾ ਵਜਾਂ ਵਾਲਿਆ ਮਾਛੀਵਾੜੇ ਆ ਕੇ ਮਿਲਣਾ ਮਾਛੀਵਾੜੇ ਆ ਕੇ ਮਿਲਣਾ ਸਾਨੂੰ ਕਹਿ ਕੇ ਆਏ ਕਿੱਥੇ ਕੁਡੇਰੇ ਲਾਏ ਕਿੱਥੇ ਕੁਡੇਰੇ ਲਾਏ ਕਿੱਥੇ ਕੁਡੇਰੇ ਲਾਏ ਸਾਡੇ ਪ੍ਰੀਤ ਮਾਂ ਸਾਡੇ ਦਾਤੇ ਸਾਡੇ ਪ੍ਰੀਤ ਮਾਂ ਸਾਡੇ ਦਾਤੇ ਸਾਡੇ ਮਾਲਕਾ ਵਜਾਂ ਵਾਲਿਆ ਕਿੱਥੇ ਕੁਡੇਰੇ ਲਾਏ ਕਿੱਥੇ ਕੁਡੇਰੇ ਲਾਏ ਕਿੱਥੇ ਕੁਡੇਰੇ ਲਾਏ ਜੇ ਪੁੱਤਰਾਂ ਤੋਂ ਵੱਧ ਅਸੀਂ ਪਿਆਰੇ ਪੁੱਤ
ਪੁੱਤਰਾਂ ਤੋਂ ਵੱਧ ਅਸੀਂ ਪਿਆਰ ਦੇਖ ਲਿਆ ਅਜਮਾਏ ਸਾਡੇ ਪ੍ਰੀਤ ਮਾਂ ਸਾਡੇ ਦਾਤਿਆ ਸਾਡੇ ਪ੍ਰੀਤ ਮਾਂ ਸਾਡੇ ਦਾਤਿਆ ਸਾਡੇ ਦਾਤਿਆ ਵਜਾ ਵਾਲਿਆ ਕਿੱਥੇ ਕੁੜੇ ਲਾਏ ਕਿੱਥੇ ਕੁੜੇ ਲਾਏ ਕਿੱਥੇ ਕੁੜੇ ਲਾਏ ਸਤਿਗੁਰ ਦੀ ਹੂਕ ਇਲਾਹੀ ਸਤਿਗੁਰ ਦੇ ਚਰਨਾਂ ਦੀ ਸਤਿਗੁਰ ਦੇ ਚਰਨਾਂ ਦੀ ਮੈਂ ਦੂਰੋਂ ਖੁਸ਼ਬੂ ਆਏ ਕਿੱਥੇ ਕੁਡੇਰੇ ਲਾਏ ਕਿੱਥੇ ਕੁਡੇਰੇ ਲਾਏ ਕਿੱਥੇ ਕੁਡੇਰੇ ਲਾਏ ਸਾਡੇ ਪ੍ਰੀਤ ਮਾਂ ਸਾਡੇ ਦਾਤਿਆ ਸਾਡੇ ਪ੍ਰੀਤ ਮਾਂ ਸਾਡੇ ਦਾਤਿਆ ਸਾਡੇ ਮਾਲਕਾ ਵਚਨ ਵਾਲਿਆ ਕਿੱਥੇ ਕੁੜੇਰੇ ਲਾਏ 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 ਪੁੱਤਰਾਂ ਤੋਂ ਵੱਧ ਅਸੀਂ ਪਿਆਰੇ ਦੇਖ ਲਿਆ ਅਜਮਾਏ ਇਹਦੇ ਨਾਲ ਵੱਧ ਅਜਮਾ ਕੇ ਕੀ ਦੇਖਣਾ ਸਤਿਗੁਰੂ ਜੀ ਬਾਬਾ ਅਜੀਤ ਸਿੰਘ ਤਾਂ ਗੱਭਰੂ ਜਵਾਨ ਸਨ ਅਤੇ ਚਾਹੁੰਦੇ ਤਾਂ ਬਾਬਾ ਜੁਝਾਰ ਸਿੰਘ ਜੀ ਨੂੰ ਨਾਲ ਲੈ ਕੇ ਆ ਸਕਦੇ ਸਨ ਪਰ ਕਿਉਂਕਿ ਸਾਨੂੰ ਜ਼ਿਆਦਾ ਪਿਆਰ ਕਰਦੇ ਸਨ ਉਹਨਾਂ ਇਹ ਲੱਗਾ ਕਿ ਇਹ ਵੀ ਮੇਰਾ ਜੁਝਾਰ ਹੀ ਹੈ ਇਹ ਵੀ ਮੇਰਾ ਜੀਤ ਹੈ ਇਹ ਚਲ ਗਿਆ ਜਾਂ ਇਹ ਚਲ ਗਿਆ ਤੋ ਸਿੱਖ ਕੌਮ ਦੇ ਅਜੀਤ ਸਿੰਘ ਜੁਝਾਰ ਸਿੰਘ ਜੀ ਦੀ ਉਮਰ ਦੇ ਨੌਜਵਾਨੋ ਆਪਣੇ ਮਹਾਨ ਵਿਰਸੇ ਨੂੰ ਪਹਿਚਾਣੋ ਸਮਝੋ ਤੇ ਅਪਣਾਓ ਗੁਰੂ ਤੁਹਾਡੇ ਕੋਲ ਕੁਛ ਨਹੀਂ ਮੰਗਦਾ ਕੁਛ ਵੀ ਨਹੀਂ ਮੰਗਿਆ ਸਤਿਗੁਰੂ ਜੋ ਦਾਤਾ ਹੈ ਉਹ ਮੰਗਦਾ ਥੋੜ੍ਹਾ ਉਹਦੇ ਦਿੰਦਾ ਹੀ ਹੈ ਉਸਨੇ ਸਭ ਕੁਛ ਦੇ ਦਿੱਤਾ ਚਾਹੁੰਦਾ ਕੀ ਹੈ ਕਿ ਜੀਵਤ ਕਈ ਹਜ਼ਾਰ ਇਹ ਹਜ਼ਾਰਾਂ ਮੇਰੇ ਨੌਜਵਾਨ ਪੁੱਤਰ ਜੋ ਮੇਰੇ ਨੇ ਮੇਰੇ ਅਜੀਤ ਨੇ ਮੇਰੇ ਜੁਝਾਰ ਨੇ ਇਹ ਜਿਉਂਦੇ ਰਹਿਣ ਤੋ ਮੈਂ ਆਪ ਜੀ ਨੂੰ ਅਜੀਤ ਬਣ ਕੇ ਜਾਇਓ ਜੁਝਾਰ ਬਣ ਕੇ ਜਾਇਓ ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਅਸੀਂ ਉਸ ਸਹਿ ਸੁਭਾਈ ਅਸੀਂ ਕਮਰੇ 'ਚ ਬੈਠੇ ਹਾਂ ਇੰਗਲੈਂਡ ਜਿਹਨਾਂ ਦੇ ਘਰ ਠਹਿਰੇ ਬੈਂਸ ਪਰਿਵਾਰ ਬੇਟਾ ਟੋਨੀ ਬੈਂਸ ਉਹਨਾਂ ਦੇ ਘਰ ਅਸੀਂ ਬੈਠ ਕੇ ਇਹ ਸਹਿ ਸੁਭਾਈ ਗੀਤ ਨੂੰ ਅਸੀਂ ਰਿਕਾਰਡ ਕੀਤਾ ਤਾਂ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਜੀ ਨੂੰ ਕਿ ਉਂਝ ਹੀ
ਅਸੀਂ ਇਸ ਗੀਤ ਨੂੰ ਪਹਿਰਾ ਦਰ ਪਹਿਰਾ ਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡਾ ਕੀਤਾ ਹੋਇਆ ਯਤਨ ਕਿਸੇ ਨਾ ਕਿਸੇ ਸਿੱਖ ਦੇ ਹਿਰਦੇ 'ਚ ਵੱਸ ਜਾਏ, ਉਹ ਗੁਰਸਿੱਖ ਬਣ ਜਾਏ, ਜੋ ਬਾਬੇ ਨਾਨਕ ਦੇ ਘਰ ਜੰਮਿਆ ਉਹ ਸੱਚਮੁੱਚ ਬਾਬੇ ਨਾਨਕ ਵਰਗਾ ਰੂਪ ਧਾਰਨ ਕਰ ਲਏ। ਮੈਂ ਬੇਨਤੀ ਕਰਾਂਗਾ ਮਾਈਕ ਦੇ ਦਿਓ। ਵਾਹਿਗੁਰੂ ਜੀ, ਵਾਹਿਗੁਰੂ। ਸਤ ਸੰਗਤ, ਲਗਾਤਾਰ ਇੱਕ ਹੋਕਾ ਦਿੱਤਾ ਗਿਆ ਸੀ ਸਾਰੀ ਕੌਮ ਨੂੰ, ਅਤੇ ਸਾਰੀ ਕੌਮ ਵਿੱਚ ਇਹ ਹੋਕਾ ਘਰ ਘਰ ਗੂੰਜਿਆ ਸੀ ਕਿ ਕੌਮ ਦੇ ਵਾਰਸੋ, ਕਲਗੀਧਰ ਪਿਤਾ ਦਾ ਸੁਨੇਹਾ ਹੈ ਤੁਹਾਡੇ ਵਾਸਤੇ, ਗੁਰੂ ਕੇ ਕਾਸਦ ਬਣ ਕੇ, ਗੁਰੂ ਕੇ ਡਾਕੀਏ ਬਣ ਕੇ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੀ ਚਿੱਠੀ ਪਹੁੰਚਾਈ ਸੀ, ਸੁਨੇਹਾ ਪਹੁੰਚਾਇਆ ਸੀ ਕਿ ਸਰਹੰਦ ਨੂੰ ਆਉਣ ਵਾਲੇ ਵਾਰਸੋ, ਉਹ ਨੀਹਾਂ ਦੇ ਵਾਰਸੋ, ਕੱਚੀ ਗੜੀ ਦੇ ਵਾਰਸੋ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਆ। ਇਸ ਸੁਨੇਹੇ ਨੂੰ ਪ੍ਰਵਾਨ ਵੀ ਕੀਤਾ ਕੌਮ ਨੇ। ਪ੍ਰਬੰਧਕ ਕਹਿ ਰਹੇ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ, ਕਿ ਇੱਕ ਮਹੀਨਾ ਪਹਿਲਾਂ ਜੋੜ ਮੇਲ ਸ਼ੁਰੂ ਹੋ ਗਿਆ, ਜਿਹੜਾ 3 ਦਿਨ ਇਕੱਠ ਹੁੰਦਾ ਸੀ ਉਹ ਇੱਕ ਮਹੀਨਾ ਪਹਿਲਾਂ ਪੂਰਾ ਭਰਵਾਂ ਇਕੱਠ ਸ਼ੁਰੂ ਹੋ ਗਿਆ। ਔਰ ਜਿੰਨੀਆਂ ਵਹੀਰਾਂ ਖਾਲਸਾ ਪੰਥ ਨੇ ਗੁਰੂ ਲਾਲਾਂ ਦੀ ਮੁਕੱਦਸ ਧੂੜੀ ਪਰਸਣ ਵਾਸਤੇ ਕੱਤੀਆਂ ਨੇ, ਉਹਨੇ ਸ਼ਾਇਦ ਹੀ ਕਿਸੇ ਹੋਰ ਪਾਸੇ ਦੀ, ਠੀਕ ਹੈ ਸਾਰੇ ਸਥਾਨ ਆਦਰਯੋਗ ਨੇ, ਪਰ ਰੁਚੀ ਬਣੀ ਅੰਦਰੋਂ, ਧੂਹ ਪੈਂਦੀ ਹੈ ਸਿੱਖਾਂ ਦੇ ਅੰਦਰ। ਹੁਣ ਬਾਬਾ ਫਤਿਹ ਸਿੰਘ ਜੀ ਵਾਲੇ, ਬਾਬਾ ਜ਼ੋਰਾਵਰ ਸਿੰਘ ਵਾਲੇ ਰੂਪ ਨਜ਼ਰ ਆਉਂਦੇ ਨੇ, ਸੋਹਣੀਆਂ ਸੋਹਣੀਆਂ ਦਸਤਾਰਾਂ ਦੁਮਾਲੇ ਨਜ਼ਰ ਆਉਂਦੇ ਨੇ ਧੀਆਂ ਦੇ, ਬੱਚਿਆਂ ਦੇ, ਬੱਚੀਆਂ ਦੇ। ਉਹ ਸੁਨੇਹਾ ਪ੍ਰਵਾਨ ਕੀਤਾ ਪੰਥ ਨੇ ਵੀ ਆਓ ਸਰਹੰਦ ਵੱਲ, ਫਤਿਹਗੜ੍ਹ ਸਾਹਿਬ ਵੱਲ ਰੁੱਖ ਕਰੋ, ਅਤੇ ਉੱਥੇ ਰਹਿ ਕੇ ਮਹਿਸੂਸ ਕਰੋ, ਉਸ ਦੀਵਾਰ ਕੋਲ ਬਹਿ ਕੇ ਮਹਿਸੂਸ ਕਰੋ ਕਿ ਸਾਨੂੰ ਸੁੱਖ ਕਿੰਨੇ ਮਹਿੰਗੇ ਮਿਲੇ ਨੇ, ਸਾਨੂੰ ਸਰਦਾਰੀ ਕਿਸ ਕੀਮਤ ਉੱਤੇ ਮਿਲੀ। ਸੋ ਹੁਣ ਨਾਲ ਇੱਕ ਹੋਰ ਸੁਨੇਹਾ ਆਪ ਜੀ ਤੱਕ ਉਹ ਪਹੁੰਚ ਗਿਆ ਸੀ, ਇੰਗਲੈਂਡ ਅਸੀਂ ਬੈਠੇ ਸੀ, ਪਿਆਰ ਵਾਲੇ, ਬੜੇ ਪਿਆਰ ਵਾਲੇ ਉਹ ਪਰਿਵਾਰ ਸਨ। ਘਰ ਬਾਰ ਸਿੱਖ, ਵੇਖੋ ਮੈਂ ਹੈਰਾਨ ਹੁੰਦਾ ਸਾਧ ਸੰਗਤ, ਕੱਲ੍ਹ ਵੀ ਸਿਹੜੀ ਪਿੰਡ ਜਿਸ ਘਰ ਵਿੱਚ ਪ੍ਰਸ਼ਾਦਾ ਛਕਿਆ, ਸਿੱਖ ਆਪਣਾ ਘਰ ਬਾਰ ਸੌਂਪ ਦਿੰਦੇ ਆ, ਉਹ ਤਾਂ ਸਭ ਕੁਝ ਸੌਂਪਣ ਵਾਸਤੇ ਤਿਆਰ ਹੈ, ਸਾਡੀਆਂ ਨੀਤਾਂ ਠੀਕ ਹੋ ਜਾਣ। ਔਰ ਤੁਹਾਡੀ ਇਸ ਤਾਕਤ ਨੇ ਕੌਮ ਦਾ ਭਵਿੱਖ ਸਵਾਰਨਾ। ਇਹ ਜਿਹੜੇ ਦੁੱਕੀ ਤਿੱਕੀ ਅੱਜ ਹੈਗੇ ਨੇ ਨਾ ਸਵਾਰਥਾਂ ਵਾਲੇ, ਇਹ ਸਭ ਭਾਜਣਾ ਪੈ ਜਾਣਗੇ, ਤੁਹਾਡੇ ਕਦਮਾਂ ਵਿੱਚ ਆ ਕੇ ਡਿੱਗਣਗੇ, ਤੁਸੀਂ ਵੇਖਿਓ। ਸੁੱਤੇ ਸਿੱਧ ਉੱਥੇ ਬੈਠ ਕੇ ਬਸ ਸਹਿ ਸੁਭਾਅ ਫੋਨ ਉੱਤੇ ਰਿਕਾਰਡਿੰਗ ਕਰ ਰਹੇ ਸੀ, ਅਤੇ ਕੌਮ ਨੇ ਤਲੀਆਂ ਦੇ ਉੱਤੇ ਚੁੱਕ ਲਿਆ ਵੀ ਪਹਿਲਾਂ ਤਾਂ ਕਿਹਾ ਸੀ ਆਇਓ ਅਤੇ ਮਹਿਸੂਸ ਕਰਿਓ, ਅਤੇ ਹੁਣ ਪਰਪੱਕ ਹੋ ਗਏ ਹੋ, ਹੁਣ ਤੁਸੀਂ ਜਵਾਨ ਹੋ ਗਏ ਹੋ, ਹੁਣ ਤੁਹਾਡੀ ਸੁਰਤ ਉੱਚੀ ਹੋ ਗਈ ਹੈ, ਹੁਣ ਅਜੀਤ ਬਣ ਕੇ ਆਇਓ ਅਤੇ ਜੁਝਾਰ ਬਣ ਕੇ ਅਜੀਤ ਬਣ ਕੇ ਆਇਓ, ਜੁਝਾਰ ਬਣ ਕੇ ਜਾਇਓ, ਅਜੀਤ ਬਣ ਕੇ ਜਾਇਓ, ਜੁਝਾਰ ਬਣ ਕੇ ਜਾਇਓ, ਜੇ ਚੱਲਿਓ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ, ਜੇ ਚੱਲਿਓ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ, ਅਜੀਤ ਬਣ ਕੇ ਜਾਇਓ, ਜੁਝਾਰ ਬਣ ਕੇ ਜਾਇਓ, ਅਜੀਤ ਬਣ ਕੇ ਜਾਇਓ।
ਕਦੀ ਵਕਤ ਹੁੰਦਾ ਸੀ ਜਿਨ੍ਹਾਂ ਨੂੰ ਸਰਕਾਰੀ ਅਹੁਦੇਦਾਰੀਆਂ ਮਿਲਦੀਆਂ ਸਨ, ਸਿਰ ਤੇ ਕੁੱਲੇ ਮਿਲਦੇ ਸੀ, ਸਰਕਾਰੀ ਦਰਬਾਰੀ ਇੱਜ਼ਤਾਂ ਮਿਲਦੀਆਂ ਸਨ, ਉਹਨਾਂ ਨੂੰ ਕਬੀਲੇ ਦੇ, ਇਲਾਕੇ ਦੇ, ਕੁਣਬੇ ਦੇ ਸਰਦਾਰ ਮੰਨਿਆ ਜਾਂਦਾ ਸੀ। ਪਰ ਧੰਨ ਮੇਰੇ ਦਸ਼ਮੇਸ਼ ਪਾਤਸ਼ਾਹ ਜਿਨ੍ਹਾਂ ਨੇ ਕੰਗਾਲਾਂ ਦੇ ਸਿਰ ਦੇ ਉੱਤੇ ਪਾਤਸ਼ਾਹੀ ਦਾ ਤਾਜ ਰੱਖ ਕੇ ਤੇ ਆਖਿਆ ਇਹਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਉਹ ਸਰਦਾਰੀ ਦਾ ਤਾਜ ਸਾਡੇ ਸੀਸ ਉੱਤੇ ਸਜਾ ਦਿੱਤਾ। ਅੱਜ ਰਿਕਸ਼ਾ ਚਲਾਉਂਦਾ ਕਿਰਤੀ ਸਿੱਖ ਵੀ ਤੁਰਿਆ ਜਾਂਦਾ ਹੋਵੇ, ਉਹਨੂੰ ਵੀ ਆਵਾਜ਼ ਮਾਰ ਕੇ ਕੋਈ ਕਹਿੰਦਾ ਸਰਦਾਰ ਜੀ ਰੁਕ ਜਾਓ, ਇਹ ਸਰਦਾਰੀ ਗੁਰੂ ਦੀ ਬਖਸ਼ਿਸ਼ ਹੈ, ਇਹਨੂੰ ਸਾਂਭ ਕੇ ਮੇਰੇ ਲਾਲਾ ਦਾ ਮੁਖੜਾ ਲੈ ਕੇ ਫਿਰ ਮੇਰੇ ਕੋਲ। ਜੇ ਕਲਗੀ ਧਰ ਦੇ ਪੁੱਤਰ ਹੋ ਜੇ ਸਾਹਿਬਜ਼ਾਦੇ ਪਿਆਰੇ ਨੇ, ਫਿਰ ਯਾਦ ਕਰੋ ਕਿਸ ਰੂਪ ਦੀ ਖਾਤਰ ਚਾਰੇ ਪੁੱਤਰ ਵਾਰੇ ਨੇ। ਜੇ ਕਲਗੀ ਧਰ ਦੇ ਪੁੱਤਰ ਹੋ ਜੇ ਸਾਹਿਬਜ਼ਾਦੇ ਪਿਆਰੇ ਨੇ, ਫਿਰ ਯਾਦ ਕਰੋ ਕਿਸ ਰੂਪ ਦੀ ਖਾਤਰ ਚਾਰੇ ਪੁੱਤਰ ਵਾਰੇ ਨੇ। ਭੁੱਲਿਓ ਨਾ ਕੁਰਬਾਨੀ ਵਫਾਦਾਰ ਬਣ ਕੇ ਜਾਇਓ, ਇਹ ਭੁੱਲਿਓ ਨਾ ਕੁਰਬਾਨੀ ਵਫਾਦਾਰ ਬਣ ਕੇ ਜਾਇਓ, ਜੇ ਚੱਲਿਓ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ, ਜੇ ਚੱਲਿਓ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਸਾਡੀ ਵਫਾ ਵਿੱਚ ਫਰਕ ਨਾ ਪਵੇ, ਮੇਰੇ ਗੁਰੂ ਨੇ ਕਿਹਾ ਸੀ ਜੇ ਵਫਾਦਾਰੀ ਵਿੱਚ ਫਰਕ ਪੈ ਗਿਆ ਤੇ ਫਿਰ ਘਰ ਵਿੱਚ ਬੈਠਾ ਕੁੱਤਾ ਚੰਗਾ ਹੈ ਉਸ ਬੰਦੇ ਨਾਲੋਂ ਜਿਹੜਾ ਆਪਣੇ ਖਸਮ ਦੀ ਵਫਾਦਾਰੀ ਨਿਭਾਉਂਦਾ। ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਗੁਰੂ ਕਲਗੀਧਰ ਪਾਤਸ਼ਾਹ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਮਾਂ ਗੁਜਰੀ ਵੇਖ। ਅੱਜ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕੋਠੜੀ 'ਚ ਬੈਠੇ ਹੋ, ਵੇਖੋ ਤੁਹਾਡਾ ਪੰਥ ਤੁਹਾਡੇ ਨਾਲ ਕੌਲ ਕਰ ਰਿਹਾ ਕਿ ਅਸੀਂ ਵਫਾਦਾਰ ਬਣਨ ਦਾ ਅਹਿਦ ਲੈਂਦੇ ਹਾਂ ਜੀ। ਕੇਸਾਂ ਬਿਨ ਜਿਸ ਥਾਂ ਜਾਣਾ ਹੈ ਉਸ ਥਾਂ ਤੇ ਮਿਲਣਾ ਲਾਲਾ ਨੇ, ਸੱਚਾ ਸਿੱਖ ਸਾਬਿਤ ਕਰਨਾ ਨੇ ਇਹਨਾਂ ਸਿਰ ਤੇ ਬੰਨੇ ਰੁਮਾਲਾ ਨੇ। ਕੇਸਾਂ ਬਿਨ ਜਿਸ ਥਾਂ ਜਾਣਾ ਹੈ ਉਸ ਥਾਂ ਤੇ ਮਿਲਣਾ ਲਾਲਾ ਨੇ, ਸੱਚਾ ਸਿੱਖ ਸਾਬਿਤ ਕਰਨਾ ਨੇ ਇਹਨਾਂ ਸਿਰ ਤੇ ਬੰਨੇ ਰੁਮਾਲਾ ਨੇ। ਜੇ ਮਾਂ ਗੁਜਰੀ ਨੂੰ ਮਿਲਣਾ ਦਸਤਾਰ ਬਣ ਕੇ ਜਾਇਓ, ਜੇ ਮਾਂ ਗੁਜਰੀ ਨੂੰ ਮਿਲਣਾ ਦਸਤਾਰ ਬਣ ਕੇ ਜਾਇਓ, ਜੇ ਚੱਲੇ ਉਹ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ, ਜੇ ਚੱਲੇ ਉਹ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਮਾਂ ਗੁਜਰੀ ਜੀ ਨੂੰ ਸਰਦਾਰੀ ਚੰਗੀ ਲੱਗਦੀ ਨਾ, ਉਹਨਾਂ ਤੇ ਮੌਤ ਵਾਸਤੇ ਤੋਰਦਿਆਂ ਵੀ ਕਿਹਾ ਸੀ ਆਓ ਮੇਰੇ ਜਿਗਰ ਦੇ ਟੁਕੜਿਓ, ਜਾਣੇ ਸੇ ਪਹਿਲੇ ਤੁਮੇ ਗਲੇ ਲਗਾ ਤੋ ਲੂੰ, ਇਨ ਕੇਸੋਂ ਮੈਂ ਕੰਘੀ ਕਰ ਦੂੰ ਮੂੰਹ ਦੁਲਾ ਤੋ ਲੂੰ, ਇਨ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਆਓ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ। ਉਹ ਸਰਦਾਰੀ ਦੀ ਸ਼ਾਨ ਬੁਲੰਦ ਕਰਕੇ ਜਿਨ੍ਹਾਂ ਨੇ ਸਰਦਾਰੀ ਛਲ ਤੇ ਵਲ ਨਾਲ ਚੁਕਾਉਣ ਵਾਲਿਆਂ ਦੀ ਕੋਸ਼ਿਸ਼ ਨਿਫਲ ਕਰ ਦਿੱਤੀ,
ਤੇ ਸਰਦਾਰੀ ਚੁੱਕਣ ਨਹੀਂ ਦਿੱਤੀ। ਚਰਨਾਂ ਦੇ ਜੁੱਤੀਆਂ ਦੇ ਤਲੇ ਹਾਕਮਾਂ ਨੂੰ ਦਿਖਾਏ ਸਨ, ਤੁਸੀਂ ਉਹਨਾਂ ਦੇ ਵਾਰਸ ਹੋ। ਜੇ ਖੁੱਲੇ ਹੋ ਗੁਰੂ ਬਖਸ਼ ਲਏਗਾ, ਸਤਿਗੁਰੂ ਦਾ ਵਿਸ਼ਵਾਸ ਕਰੋ। ਇੱਕ ਦਾਤ ਸਿੱਖੀ ਦੀ ਮਿਲ ਜਾਏ, ਹੱਥ ਜੋੜ ਖੜੇ ਅਰਦਾਸ ਕਰੋ। ਜੇ ਖੁੱਲੇ ਹੋ ਗੁਰੂ ਬਖਸ਼ ਲਏਗਾ, ਸਤਿਗੁਰੂ ਦਾ ਵਿਸ਼ਵਾਸ ਕਰੋ। ਇੱਕ ਦਾਤ ਸਿੱਖੀ ਦੀ ਮਿਲ ਜਾਏ, ਹੱਥ ਜੋੜ ਖੜੇ ਅਰਦਾਸ ਕਰੋ। ਤੁਸੀਂ ਵਾਰਸ ਹੋ ਸਿੱਖੀ ਦੇ, ਹੱਕਦਾਰ ਬਣ ਕੇ ਜਾਇਓ। ਤੁਸੀਂ ਵਾਰਸ ਹੋ ਸਿੱਖੀ ਦੇ, ਹੱਕਦਾਰ ਬਣ ਕੇ ਜਾਇਓ। ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਇੱਕ ਸੁਨੇਹਾ ਪੰਥ ਦੇ ਵਾਰਸਾਂ ਨੂੰ, ਕੱਲ 25 ਦਸੰਬਰ ਹੈ। ਦੁਨੀਆ ਭਰ ਵਿੱਚ ਵਸਦੇ ਸਾਡੇ ਬੱਚਿਆਂ ਨੂੰ ਚੇਤਾ ਕਿ ਕੱਲ ਲਾਲ ਟੋਪੀ ਵਾਲਾ ਟੌਫੀਆਂ ਵੰਡਣ ਵਾਲਾ ਫਿਰਦਾ। ਕੌਮ ਦਿਓ ਵਾਰਸੋ, ਪਰਤ ਆਓ ਵਾਪਸ। ਗੁਰੂ ਬੜਾ ਬਖਸ਼ੇਂਦਾ, ਉਹ ਗਲ ਨਾ ਲਾਉਣ ਵਾਸਤੇ ਬਾਹਾਂ ਉਲਾਰ ਕੇ ਬੈਠਾ। ਜੇ ਭੁੱਲ ਕੇ ਚਲੇ ਗਏ ਸੀ ਨਾ ਕੇਸਾਂ ਦੀ ਬੇਅਦਬੀ ਕਰਾਉਣ ਵਾਸਤੇ, ਜੇ ਕਿਤੇ ਅੰਦਰ ਅਗਿਆਨਤਾ ਆਈ, ਚਲੇ ਗਏ ਨਸ਼ਿਆਂ ਦੀ ਦੁਕਾਨ ਨੂੰ, ਤੇ ਮੇਰਾ ਸਤਿਗੁਰੂ ਔਗਣ ਕੋ ਨਾ ਚਿਤਾਰਦਾ, ਗਲ ਛੇਤੀ ਲਾਇਕ। ਅੱਜ ਤੌਬਾ ਕਰਕੇ ਜਾਓ। ਮੈਂ ਚਾਹੁੰਦਾ ਇਹ ਗੀਤ ਮੁੱਕਦਿਆਂ ਤੁਹਾਡੇ ਜਕਾਰਿਆਂ ਦੀ ਖੜੇ ਹੋ ਕੇ ਉਹਨਾਂ ਦੀ ਗੂੰਜ ਪਏ, ਧੀਆਂ ਦੀ ਵੀ ਤੇ ਗੁਰਸਿੱਖ ਵੀਰਾਂ ਦੀ ਵੀ, ਜਿਹੜੇ ਕਹਿਣ ਅੱਜ ਤੋਂ ਬਾਅਦ ਅਸੀਂ ਇਹ ਗੁਨਾਹ ਨਹੀਂ ਕਰਾਂਗੇ, ਅਸੀਂ ਕਲਗੀਧਰ ਪਾਤਸ਼ਾਹ ਨਾਲ ਵਾਅਦਾ ਕਰਦੇ ਹਾਂ, ਬਖਸ਼ਣ ਵਾਲਿਆ ਆ ਸਾਨੂੰ ਗਲ ਨਾ ਲਾ ਲੈ। ਇੱਥੇ ਸਿਰਫ ਧਰਮ ਦੀ ਗੱਲ ਹੋਵੇ, ਇਹ ਵੋਟ ਲੈਣ ਦਾ ਵੇਲਾ ਨਹੀਂ, ਇਹ ਵੋਟ ਲੈਣ ਦਾ ਵੇਲਾ ਨਹੀਂ। ਇਹ ਸਭਾ ਹੈ ਸਾਹਿਬ ਸਾਧਿਆਂ ਦੀ, ਇਹ ਮੇਲਿਆਂ ਵਰਗਾ ਮੇਲਾ ਨਹੀਂ। ਇੱਥੇ ਸਿਰਫ ਸਖੀ ਦੀ ਗੱਲ ਹੋਵੇ, ਇਹ ਵੋਟ ਲੈਣ ਦਾ ਵੇਲਾ ਨਹੀਂ। ਜੇ ਰਾਜ ਦਿਲਾਂ ਤੇ ਕਰਨਾ, ਸੇਵਾਦਾਰ ਬਣ ਕੇ ਜਾਇਓ। ਜੇ ਰਾਜ ਦਿਲਾਂ ਤੇ ਕਰਨਾ, ਸੇਵਾਦਾਰ ਬਣ ਕੇ ਜਾਇਓ। ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਅਜੀਤ ਬਣ ਕੇ ਜਾਇਓ, ਜੁਝਾਰ ਬਣ ਕੇ ਜਾਇਓ। ਅਜੀਤ ਬਣ ਕੇ ਜਾਇਓ, ਜੁਝਾਰ ਬਣ ਕੇ ਜਾਇਓ। ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਧੰਨ ਕਲਗੀਧਰ ਪਾਤਸ਼ਾਹ, ਤੇਰਾ ਪੰਥ ਜਾਗ ਪਿਆ। ਜਿਹੜੇ ਘਰਾਂ ਚ ਬੈਠੇ ਨੇ ਨਾ, ਉਹ ਵੀ ਇੱਕ ਜਕਾਰੇ ਦੀ ਗੂੰਜ ਪਾਇਓ। ਬੋਲੇ ਸੋ ਨਿਹਾਲ,
ਬੇਨਤੀ ਆ ਕੱਲ ਨੂੰ ਨਾ ਸਤਿ ਸ਼੍ਰੀ ਅਕਾਲ ਪੰਥ ਦੇ ਵਾਸੋ ਇਹ ਟਕਸਾਲਾਂ ਇਹ ਨਿਹੰਗ ਸਿੰਘ ਇਹ ਸਾਰੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਮਿਸ਼ਨਰੀ ਵੀਰ ਇਹ ਕੌਮ ਦੇ ਗਹਿਣੇ ਨੇ ਜੇ ਕੋਈ ਇਹਨਾਂ ਵਿੱਚ ਵੰਡੀਆਂ ਪਾਉਂਦਾ ਇਹ ਅੰਗ ਨੇ ਕੌਮ ਦੇ ਸਮਝ ਲਓ ਕੌਮ ਦੀਆਂ ਅੰਗਾਂ ਨੂੰ ਕੱਟਣ ਦਾ ਯਤਨ ਕਰ ਰਿਹਾ ਇਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਹੈ ਉਹਨਾਂ ਤੋਂ ਸੁਚੇਤ ਹੋਵੋ ਜਿਹੜੇ ਇਸ ਪਰਿਵਾਰ ਵਿੱਚ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਆ ਸਾਰਿਆਂ ਨੂੰ ਪਿਆਰ ਗਲਵੱਕੜੀ 'ਚ ਲਓ ਅਤੇ ਇੱਕ ਆਹਦ ਸਿੰਘਾਂ ਨੇ ਉੱਦਮ ਕੀਤਾ ਦਸਤਾਰਾਂ ਦਾ ਲੰਗਰ ਲਾਉਣਾ ਫਤਿਹਗੜ੍ਹ ਸਾਹਿਬ ਆਉਣਾ ਤੁਸੀਂ ਦੋ ਘੰਟੇ 'ਚ ਨਾਲੇ ਦਸਤਾਰ ਸਜਾਉਣ ਦੀ ਜਾਚ ਸਿਖਾਉਣੀ ਹੈ ਨਾਲੇ ਦਸਤਾਰਾਂ ਵੰਡਣੀਆਂ ਅਤੇ ਫਿਰ ਸਰਦਾਰ ਬਣ ਕੇ ਮੱਥਾ ਟੇਕਣ ਜਾਓਗੇ ਨਾ ਅਤੇ ਮਾਂ ਗੁਜਰੀ ਕਹੇਗੀ ਮੈਂ ਦੋ ਤੋਰੇ ਸੀ ਅਤੇ ਅੱਜ 2 ਕਰੋੜ ਤਿਆਰ ਬਰ ਤਿਆਰ ਹੋ ਕੇ ਖੜੇ ਜਦੋਂ ਇੰਨਾ ਪਿਆਰ ਵਰਸ ਰਿਹਾ ਹੋਵੇ ਤਾਂ ਸਾਨੂੰ ਪੂਰਾ ਪੂਰਾ ਯਕੀਨ ਔਰ ਭਰੋਸਾ ਕਰ ਲੈਣਾ ਚਾਹੀਦਾ ਕਿ ਸਾਡਾ ਕਲਗੀਆਂ ਵਾਲਾ ਸਾਡੇ ਵਿੱਚ ਹੀ ਬੈਠਾ ਹੈ ਸਾਡੀ ਮਾਂ ਗੁਜਰੀ ਸਭ ਕੁਛ ਸੁਣ ਰਹੀ ਹੈ ਸਾਡੇ ਲਾਲ ਸਾਡੇ ਵੱਲ ਮੂੰਹ ਕਰਕੇ ਬੈਠੇ ਨੇ ਦੇਖ ਰਹੇ ਨੇ ਕਹਿੰਦੇ ਹੋਣਗੇ ਮਾਂ ਵਾਕਿਆ ਤੂੰ ਠੀਕ ਕਹਿੰਦੀ ਸੀ ਅਸੀਂ ਸ਼ਹੀਦੀ ਪਾਈ ਹੈ ਅਤੇ ਸਾਰੇ ਗੁਰਸਿੱਖ ਸਾਡੇ ਰੰਗ ਵਿੱਚ ਰੰਗੇ ਗਏ ਨੇ ਤਾਂ ਜਿਵੇਂ ਸਿੰਘ ਸਾਹਿਬ ਜੀ ਨੇ ਇੱਕ ਇਸ਼ਾਰਾ ਕੀਤਾ ਕਿ ਸਾਡੇ ਜਿੰਨੇ ਮਿਸ਼ਨਰੀ ਨੇ ਜਿੰਨੇ ਦੂਸਰੇ ਨੇ ਸਾਰੇ ਇਹ ਆਪਸ ਵਿੱਚ ਇੱਕੋ ਹੀ ਨੇ ਅੰਗ ਨੇ ਗੁਰਮਤ ਦੇ ਤਾਂ ਮੈਂ ਇੱਕ ਬੇਨਤੀ ਕੀਤੀ ਸੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਹੈ ਥੋੜ੍ਹਾ ਕੌੜਾ ਸੱਚ ਪਰ ਉਹ ਮੈਂ ਬੇਨਤੀ ਦੇ ਰੂਪ ਵਿੱਚ ਕੀਤੀ ਮੈਂ ਗਾਉਣਾ ਚਾਹੁੰਦਾ ਜੀ ਮੈਨੂੰ ਇਜਾਜ਼ਤ ਵਿੱਚ ਅਸੀਂ ਜਿਹੜੇ ਅਸੀਂ ਮੈਂ ਆਪਣੀ ਗੱਲ ਕਰਾਂ ਜਿਵੇਂ ਬਾਣੀ ਆਖਦੀ ਮੈਨੂੰ ਪੂਰੀ ਲਾਈਨਾਂ ਨਹੀਂ ਆਉਂਦੀਆਂ ਹਮਰਾ ਤੜਾ ਹਰ ਰਿਹਾ ਸਮਾਂ ਕਿਸੇ ਹੀ ਤੜਾ ਕੀਆ ਕੁੜਮ ਸੱਕੇ ਨਾਲ ਜਵਾਈ ਕਿਸੇ ਹੀ ਤੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਹਮਰਾ ਤੜਾ ਹਰ ਰਿਹਾ ਸਮਾਂ ਇਹ ਧੜਿਆਂ ਦੀ ਬਲਗਨ ਚੋਂ ਬਾਹਰ ਨਿਕਲ ਕੇ ਜਿਹੜਾ ਸਾਰਿਆਂ 'ਚ ਸਮਾਇਆ ਵਾਹਿਗੁਰੂ ਹੈ ਸਾਰੀ ਮਨੁੱਖਤਾ ਹੀ ਸਾਡਾ ਤੜਾ ਮੈਂ ਕਿਸੇ ਸੰਪਰਦਾ ਨਾਲ ਕਿਸੇ ਟਕਸਾਲ ਨਾਲ ਕਿਸੇ ਵੀ ਐਸੇ ਗਰੁੱਪ ਨਾਲ ਨਹੀਂ ਸੰਬੰਧ ਰੱਖਦਾ ਪਰ ਮੈਂ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ ਕਰਦਾ ਕਿਉਂਕਿ ਸਾਰੇ ਗੁਰੂ ਦੇ ਅੰਗ ਨੇ ਆਪਣੇ ਆਪਣੇ ਹਿਸਾਬ ਨਾਲ ਸਭ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ ਪਰ ਉਦੋਂ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਅਸੀਂ ਇੱਕ ਦੂਸਰੇ ਨੂੰ ਨੀਵਾਂ ਦਿਖਾ ਕੇ ਫਿਰ ਲੜਦੇ ਵੀ ਆ ਬਜਾਏ ਆਪਸ ਵਿੱਚ ਵਿਚਾਰ ਕਰਨ ਦੇ ਅਸੀਂ ਲੜ ਪੈਣਾ ਪ੍ਰਚਾਰਕਾਂ ਨੂੰ ਕੁੱਟਣਾ ਮਾਰਨਾ ਇੱਥੋਂ ਤੱਕ ਕਿ ਗੋਲੀਆਂ ਚਲਾਉਣ ਦੀ ਨੌਬਤ ਵੀ ਆ ਗਈ ਉਹ ਸਾਰਾ ਇੱਕ ਦਰਦ ਮੇਰੇ ਅੰਦਰ ਬਣਿਆ ਤਾਂ ਮੈਂ ਉਸ ਨਾਲ ਉਹਦੇ ਲਈ ਮੈਂ ਆਪਣੇ ਕਲਗੀਆਂ ਵਾਲੇ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਤਾਂ ਮੇਰੀ ਫਿਰ ਬੇਨਤੀ ਹੈ ਥੋੜ੍ਹਾ ਜਿਹਾ ਕੌੜਾ ਸੱਚ ਹੈ ਸੁਣ ਲੈਣਾ ਮੈਂ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ ਕਹਿ ਰਿਹਾ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ ਮੈਂ ਵਾਰ ਵਾਰ ਕਹਿ ਰਿਹਾ ਇਸ ਕਰਕੇ ਕਿ ਮੇਰੀ ਕਿਸੇ ਨਾਲ ਨਫ਼ਰਤ ਨਹੀਂ ਔਰ ਮੈਂ ਕੋਸ਼ਿਸ਼ ਕੀਤੀ ਜ਼ਿੰਦਗੀ ਵਿੱਚ ਕੀਰਤਨੀਆਂ ਬਣਨ ਦੀ ਅਤੇ ਕੀਰਤਨੀ ਦੀ ਇਹ ਨਿਸ਼ਾਨੀ ਕਿ ਕਿਸੇ ਨਾਲ ਨਫ਼ਰਤ ਨਾ ਕਰੇ
ਸਾਡੀ ਸੇਵਾ ਹੀ ਸਤਿਗੁਰੂ ਨੇ ਪ੍ਰੇਮ ਫੈਲਾਉਣ ਦੀ ਲਗਾਈ ਹੋਈ ਹੈ। ਜੇ ਸਾਡੇ ਅੰਦਰ ਈਰਖਾ ਹੋਏਗੀ, ਨਫ਼ਰਤ ਹੋਏਗੀ, ਅਸੀਂ ਕਿਸੇ ਨੂੰ ਕੀ ਦੇ ਲੈਣਾ। ਤੋ ਇਹ ਇੱਕ ਬੇਨਤੀ ਹੈ ਆਪ ਜੀ ਨੇ ਮੇਰੇ ਨਾਲ ਜ਼ਰੂਰ ਕਰਨੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਸੁਣ ਕਲਗੀ ਵਾਲੇ ਦਾਤਿਆ, ਮੈਂ ਹੱਥ ਬੰਨ ਅਰਜ ਗੁਜ਼ਾਰੀ, ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਕੋਈ ਐਸਾ ਗੁਰਸਿੱਖ ਹੋਵੇ ਜਿਹਨੂੰ ਸਾਰੀ ਕੌਮ ਪ੍ਰਵਾਨ ਕਰ ਲਏ। ਇਹ ਨਹੀਂ ਕਿ ਗੁਰਸਿੱਖ ਹੈ ਨਹੀਂ, ਪਰ ਜਿਹੜੇ ਆਗੂ ਬਣੇ ਨੇ ਉਹਨਾਂ 'ਚ ਕੋਈ ਐਸਾ ਨਜ਼ਰ ਨਹੀਂ ਆਉਂਦਾ ਕਿ ਸਾਰੀ ਕੌਮ ਨੂੰ ਜੋੜ ਸਕੇ। ਇਹ ਮੈਂ ਬੇਨਤੀ ਕੀਤੀ ਹੈ। ਸੁਣ ਕਲਗੀ ਵਾਲੇ ਦਾਤੇ, ਮੈਂ ਹੱਥ ਬੰਨ ਅਰਜ ਗੁਜ਼ਾਰੀ, ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਸੁਣ ਕਲਗੀ ਵਾਲੇ ਦਾਤਿਆ, ਮੈਂ ਹੱਥ ਬੰਨ ਅਰਜ ਗੁਜ਼ਾਰੀ, ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਸੁਣ ਕਲਗੀ ਵਾਲੇ ਦਾਤਿਆ, ਇਹ ਸਿੱਖ ਸਾਰੇ ਹੀ ਤੇਰੇ ਨੇ, ਪਰ ਤੇਰੇ ਨਾਂ ਤੇ ਲੜਦੇ ਨੇ, ਨਫ਼ਰਤ ਕਰਦੇ ਇੱਕ ਦੂਜੇ ਨੂੰ, ਇਹ ਦੁਸ਼ਮਣ ਵਾਂਗੂ ਅੜਦੇ ਨੇ। ਇਹ ਸਿੱਖ ਸਾਰੇ ਹੀ ਤੇਰੇ ਨੇ, ਪਰ ਤੇਰੇ ਨਾਂ ਤੇ ਲੜਦੇ ਨੇ, ਨਫ਼ਰਤ ਕਰਦੇ ਇੱਕ ਦੂਜੇ ਨੂੰ, ਇਹ ਦੁਸ਼ਮਣ ਵਾਂਗੂ ਅੜਦੇ ਨੇ। ਹੁਣ ਹੱਦ ਹੋ ਗਈ, ਤੇਰੇ ਸੰਤ ਨੇ ਤੇਰੇ ਸੰਤ ਨੂੰ ਗੋਲੀ ਮਾਰੀ, ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਸੁਣ ਕਲਗੀ ਵਾਲੇ ਦਾਤਿਆ, ਵੱਖਰੀ ਵੱਖਰੀ ਹੈ ਮਰਯਾਦਾ ਤੇ ਵੱਖਰੇ ਵੱਖਰੇ ਡੇਰੇ, ਮਰਯਾਦਾ ਦੇ ਨਾਤੇ ਹੋ ਗਏ ਵੱਖੋ ਵੱਖ ਸਿੱਖ ਤੇਰੇ। ਵੱਖਰੀ ਵੱਖਰੀ ਹੈ ਮਰਯਾਦਾ ਤੇ ਵੱਖਰੇ ਵੱਖਰੇ ਡੇਰੇ, ਮਰਯਾਦਾ ਦੇ ਨਾਤੇ ਹੋ ਗਏ ਵੱਖੋ ਵੱਖ ਸਿੱਖ ਤੇਰੇ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਤੇਰੀ ਗੱਲ ਵਿਸਾਰੀ, ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੀ। ਸੁਣ ਕਲਗੀ ਵਾਲੇ ਦਾਤਿਆ,
ਕਿਹੜੀ ਅੰਮ੍ਰਿਤ ਵੇਲੇ ਕਿਹੜਾ ਮੰਤਰ ਮੂਲ ਮੰਤਰ ਹੈ ਜਪਦਿਆਂ ਪੈਣ ਚਮੇਲੇ ਕਿਹੜੀ ਬਾਣੀ ਅੰਮ੍ਰਿਤ ਬਾਣੀ ਤੇ ਕਿਹੜੀ ਅੰਮ੍ਰਿਤ ਵੇਲੇ ਕਿਹੜਾ ਮੰਤਰ ਮੂਲ ਮੰਤਰ ਹੈ ਜਪਦਿਆਂ ਪੈਣ ਚਮੇਲੇ ਉਲਝ ਗਏ ਪ੍ਰਚਾਰਕ ਤੇਰੇ ਇੱਕ ਦੂਜੇ ਤੇ ਭਾਰੀ ਕੋਈ ਆਪਣੇ ਵਰਗਾ ਤੇਰੀ ਕੌਮ ਖਿਲਰ ਗਈ ਸਾਰੀ ਕੋਈ ਆਪਣੇ ਵਰਗਾ ਤੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਸੁਣ ਕਲਗੀ ਵਾਲੇ ਦਾਤਿਆ ਮੈਂ ਗੁਰਮਤੀਆ ਉਹ ਮਨ ਮਤੀਆ ਸਾਰੇ ਰੌਲਾ ਪਾਉਂਦੇ ਭਾਈ ਕਨਈਏ ਨੂੰ ਕੋਈ ਪੁੱਛੇ ਕਲਗੀ ਧਰ ਕੀ ਚਾਹੁੰਦੇ ਮੈਂ ਗੁਰਮਤੀਆ ਉਹ ਮਨ ਮਤੀਆ ਸਾਰੇ ਰੌਲਾ ਪਾਉਂਦੇ ਭਾਈ ਕਨਈਏ ਨੂੰ ਕੋਈ ਪੁੱਛੇ ਕਲਗੀ ਧਰ ਕੀ ਚਾਹੁੰਦੇ ਦੁਸ਼ਮਣ ਚੋਂ ਵੀ ਸਤਿਗੁਰ ਦਿਸਦਾ ਜਿਸਨੇ ਗੁਰਮਤ ਧਾਰੀ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਸੁਣ ਕਲਗੀ ਵਾਲੇ ਦਾਤਿਆ ਜਿਹੜੀਆਂ ਕਿ ਮੈਂ ਬੇਨਤੀਆਂ ਕੀਤੀਆਂ ਨੇ ਜੇ ਤੁਸੀਂ ਕੋਈ ਪੁੱਛੋ ਕਿ ਇਸਦਾ ਹੱਲ ਵੀ ਹੈ ਤੇ ਜਿੱਥੇ ਅਸੀਂ ਹੱਲ ਕਰਨਾ ਮੈਂ ਉਹਦੀ ਗੱਲ ਕਰ ਲਾਂਗਾ ਜਿੱਥੇ ਸਾਰੀਆਂ ਸੰਪਰਦਾਵਾਂ ਐਂ ਕਹਿ ਲਈਏ ਵੀ ਸਾਡਾ ਸਾਰੀਆਂ ਨਦੀਆਂ ਦਾ ਜਿੱਥੇ ਸਮੁੰਦਰ ਸੀ ਜਿੱਥੇ ਮੇਲ ਹੋਣਾ ਮੈਂ ਉਹਦੀ ਗੱਲ ਕਰਨ ਲੱਗਾ ਅਕਾਲ ਤਖਤ ਵੀ ਰਿਹਾ ਨਾ ਸਾਂਝਾ ਉਸ ਤੇ ਕਬਜ਼ਾ ਹੋਇਆ ਆਪਣਿਆਂ ਨੇ ਕੌਮ ਡੋਬਤੀ ਪੁੱਟ ਕੇ ਡੂੰਘਾ ਟੋਇਆ ਅਕਾਲ ਤਖਤ ਵੀ ਰਿਹਾ ਨਾ ਸਾਂਝਾ ਉਸ ਤੇ ਕਬਜ਼ਾ ਹੋਇਆ ਆਪਣਿਆਂ ਨੇ ਕੌਮ ਡੋਬਤੀ ਪੁੱਟ ਕੇ ਡੂੰਘਾ ਟੋਇਆ ਅੱਧੀ ਕੌਮ ਹੈ ਬਾਗੀ ਹੋ ਗਈ ਜਥੇਦਾਰ ਸਰਕਾਰੀ ਕੋਈ ਆਪਣੇ ਤੇਰੀ ਕੌਮ ਖਿਲਰ ਗਈ ਸਾਰੀ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਸੁਣ ਕਲਗੀ ਵਾਲੇ ਦਾਤਿਆ ਮੈਂ ਹੱਥ ਬੰਨ ਅਰਜ ਗੁਜ਼ਾਰੀ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਸੁਣ ਕਲਗੀ ਮੈਂ ਵਾਹਿਗੁਰੂ ਜੀ ਵਾਹਿਗੁਰੂ
ਤੁਸੀਂ ਜਿਸ ਪਿਆਰ ਅਰਦਾਸ ਕੀਤੀ ਸੁਣ ਲੈਣ ਮੈਂ ਰਿਹਾ ਪਹਿਲਾਂ ਦੇ ਤੁਲ ਨਾ ਮੈਂ ਹੁਣ ਗੁਲਾਬ ਦਾ ਫੁੱਲ ਨਾ ਮੇਰੇ ਖੂਨ ਦੇ ਲੱਖ ਦਰਿਆਵਾਂ ਦਾ ਅੱਜ ਪਾਣੀ ਜਿੰਨਾ ਮੁੱਲ ਨਾ ਅੱਜ ਇੱਕ ਨਹੀਂ ਕਈ ਨਾਦਰ ਸ਼ਾਹ ਮੇਰੀ ਹਿੱਕ ਤੇ ਖਹਿਰੂ ਪਾ ਰਹੇ ਪਰ ਮੇਰੇ ਲੱਖਾਂ ਨੇ ਰਣਜੀਤ ਅੱਜ ਢੋਲ ਉੱਪਰ ਢੋਲੇ ਗਾ ਰਹੇ ਮੈਨੂੰ ਕਿਸੇ ਨਾਦਰ ਤੇ ਰੰਜ ਨਹੀਂ ਨਾ ਰੋਸ ਅੱਜ ਅਬਦਾਲੀਆਂ ਤੋਂ ਝੋਰਾ ਹੈ ਕਿ ਫੁੱਲਾ ਸਿੰਘ ਕੋਈ ਅੱਜ ਲੱਭਦਾ ਨਹੀਂ ਅਕਾਲੀਆਂ 'ਚ ਮੇਰੀ ਹਿੱਕ ਤੇ ਖਹਿਰੂ ਨਾ ਪਾਵੋ ਮੇਰੀ ਛਾਤੀ ਵਿੱਚ ਡਾਢੀ ਪੀੜ ਹੈ ਮੈਨੂੰ ਲੱਗਦਾ ਮੇਰੀ ਹਿੱਕ ਤੇ ਅੱਜ ਡੋਗਰਿਆਂ ਦੀ ਪੀੜ ਹੈ ਬੜੇ ਚਿਰਾਂ ਤੋਂ ਇਸ ਭੀੜ 'ਚੋਂ ਮੈਂ ਕੋਈ ਨਲੂਆ ਟੋਲਦਾ ਕਿੱਥੇ ਗੁੰਮ ਗਏ ਮੇਰੇ ਹੀਰਿਓ ਮੈਂ ਪੰਜਾਬ ਬੋਲਦਾ ਸਤ ਸੰਗਤ ਇਹ ਸ਼ਿਕਵਾ ਇਸ ਲਈ ਕੀਤਾ ਕਿ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਰਾਜਸੀ ਧਿਰ ਸ਼੍ਰੋਮਣੀ ਅਕਾਲੀ ਦਲ ਅਕਾਲ ਤਖ਼ਤ ਦੀ ਛਤਰ ਛਾਇਆ ਵਿੱਚ ਸਿਰਜੀ ਇੱਕ ਚੌਂਕੀਦਾਰ ਬਣ ਕੇ ਸਿਰਫ ਹੋਕਾ ਦੇਣ ਦਾ ਯਤਨ ਹੈ ਕਿ ਆਈ ਕਮਜ਼ੋਰੀਆਂ ਪ੍ਰਚਾਰਕਾਂ ਵਿੱਚ ਵੀ ਆ ਜਾਂਦੀਆਂ ਮੇਰੇ ਵੀ ਜੀਵਨ ਵਿੱਚ ਵੀ ਤੁਸੀਂ ਦੱਸੋ ਤੇ ਮੈਂ ਆਪਣੀਆਂ ਕਮਜ਼ੋਰੀਆਂ ਦੂਰ ਕਰਾਂ ਇੱਦਾਂ ਪੰਥ ਦੱਸੇ ਤੇ ਕੌਮ ਦੀ ਧਿਰ ਮਜ਼ਬੂਤ ਹੋਵੇ ਇਹ ਵੀ ਜ਼ਰੂਰੀ ਹੈ ਕਿ ਪੰਥ ਦੀ ਆਪਣੀ ਰਾਜਸੀ ਧਿਰ ਹੋਵੇ ਨਹੀਂ ਤੇ ਦਿੱਲੀ ਦਰਬਾਰ ਖਾ ਜਾਏਗਾ ਸਾਨੂੰ ਸਾਡੀ ਤਾਕਤ ਦਾ ਇੱਕ ਮੁੱਠ ਹੋਣਾ ਠੀਕ ਹੈ ਸਾਡਾ ਵਿਸ਼ਾ ਨਹੀਂ ਸੀ ਪਰ ਇਹ ਸਿੱਖਾਂ ਜਿਹੜੀਆਂ ਨੇ ਇਹੀ ਸਿਖਾਉਂਦੀਆਂ ਕਿ ਸਾਡੀ ਸੋਚ ਗੁਲਾਮ ਨਾ ਹੋਵੇ ਸਾਡੇ ਸਰੀਰ ਭਾਵੇਂ ਗੁਲਾਮ ਹੋ ਜਾਵੇ ਕੋਤਵਾਲੀ ਸਾਹਿਬ ਦੀਆਂ ਸਿੱਖਾਂ ਇਹ ਸਿਖਾਉਂਦੀਆਂ ਸਾਡੀ ਸੋਚ ਗੁਲਾਮ ਨਾ ਹੋਵੇ ਸਾਡੇ ਸਰੀਰ ਭਾਵੇਂ ਗੁਲਾਮ ਹੋ ਜਾਵੇ ਕੌਮ ਦੇ ਵਾਰਸੋ ਪੰਥ ਦੇ ਵਾਰਸੋ ਅਸੀਂ ਸਿਰਫ ਚੌਂਕੀਦਾਰ ਹਾਂ ਕੋਈ ਸਵਾਰਥ ਨਹੀਂ ਹੈ ਪਰ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਕੌਮ ਨਾਲ ਧਰੋ ਨਾ ਕਮਾਇਓ ਜਿਹੜੇ ਅੱਗੇ ਲੱਗੇ ਨੇ ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ ਜੇ ਧਰੋ ਕਮਾ ਲਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਸ਼ਾਇਦ ਕਦੀ ਨਹੀਂ ਬਖਸ਼ਣਗੇ ਇਹ ਅੱਜ ਦਾ ਜੋ ਸਮਾਂ ਬੀਤਿਆ ਹੁਣ ਤੱਕ ਇਹ ਪਿਆਰ ਤੋਂ ਬੈਰਾਗ ਤੋਂ ਸ਼ੁਰੂ ਹੋਇਆ ਔਰ ਇੱਥੇ ਆ ਕੇ ਜਾਗ੍ਰਿਤੀ 'ਤੇ ਆ ਕੇ ਸਮਾਪਤ ਹੁੰਦਾ ਉਹ ਵੀ ਜ਼ਰੂਰੀ ਹੈ ਔਰ ਇਹ ਵੀ ਜ਼ਰੂਰੀ ਹੈ ਬਸ ਮੈਂ ਇੱਕ ਬੇਨਤੀ ਪੰਥ ਜੀ ਬੇਨਤੀ ਹੈ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।